ਬਜ਼ੁਰਗ ਬਸ਼ੀਰ ਅਹਿਮਦ ਬਸ਼ੀਰ ਹਾਂ ਮੇਰਾ ਨਾਮ ਬਸ਼ੀਰ ਅਹਿਮਦ ਹਾਂ ਹਾਂ ਵਲਦ ਹਾਜੀ ਫਜ਼ਲ ਲਈ ਮਰਹੂਮ ਹਾਂ ਵਲਦ ਅਮਾਮ ਦੀਨ ਉਰਫ ਦੀਨ ਮੁਹੰਮਦ ਅੱਛਾ ਹੈਂ ਹਾਂ ਵਲਦ ਮੁਹੰਮਦ ਬਖਸ਼ ਮੁਹੰਮਦ ਬਖਸ਼ ਅੱਗਾ ਬਾਬਾ ਰੋਡੇ ਸ਼ਾਹ ਅੱਗੇ ਰੋਡੇ ਸ਼ਾਹ ਇਹ ਰੋਡੇ ਸ਼ਾਹ ਜਿਹੜੇ ਫਕੀਰ ਹੋਏ ਆ ਦਰਵੇਸ਼ ਵਲੀਉੱਲਾ ਲਓ ਜੀ ਤੁਸੀਂ ਸ਼ਜਰਾ ਵੀ ਉਹਨਾਂ ਦਾ ਦੱਸ ਦਿੱਤਾ ਹੈ ਇਹ ਹੁਣ ਤੁਹਾਡੇ ਇਨਸ਼ਾਅੱਲਾ ਬਜ਼ੁਰਗਾਂ ਦਾ ਪਤਾ ਲੱਗ ਜਾਏਗਾ ਸਾਰਾ ਅੱਛਾ ਮੁਹੰਮਦ ਬਖਸ਼ ਦੇ ਬੇਟੇ ਸੀ ਤਿੰਨ ਹਾਂ 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 ਮਾਮ ਜੀ ਉਰਫ ਦੀਨ ਮੁਹੰਮਦ ਹਾਂ ਹਾਂ ਇੱਕ ਸ਼ੇਰ ਮੁਹੰਮਦ ਹਾਂ ਤੇ ਤੀਜਾ ਉਮਰ ਦੀਨ ਠੀਕ ਆ ਇਹ ਸਾਰਿਆਂ ਦਾ ਹੁਣ ਇਹ ਸਾਡੇ ਦਾਦੇ ਸੀ ਨਾ ਠੀਕ ਆ ਠੀਕ ਇਹ ਸਾਰਿਆਂ ਦੀ ਉਧਰ ਹੈ ਕਬਰਾਂ ਹਾਂ ਨਹੀਂ ਸਾਡੇ ਦਾਦੇ ਦੀ ਕਮਰਾ ਇੱਧਰ ਆ ਗਿਆ ਨਾ ਹਾਂ ਹਾਂ ਠੀਕ ਆ ਜਿਹੜਾ ਸਾਡੇ ਦਾਦੇ ਦਾ ਬਾਪ ਸੀ ਇਹਨਾਂ ਦੀ ਕਮਰਾ ਉੱਧਰ ਆ ਪਿੰਡ ਕੋਟ ਸਦਰ ਖਾਨ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਉਮੀਦ ਹੈ ਦਰਬਾਰ ਉੱਥੇ ਹੀ ਹੋਏਗਾ ਇਨਸ਼ਾਅੱਲਾ ਪਹੁੰਚ ਜਾਵਾਂਗੇ ਅਸੀਂ ਮੇਰਾ ਬੱਚਾ ਗਿਆ ਸੀ ਸਾਊਦੀਆ ਅੱਛਾ ਦੁਬਈ ਅੱਛਾ ਉੱਥੇ ਉੱਥੋਂ ਦੇ ਬੰਦੇ ਸੀ ਨਾ ਹਾਂ ਆਏ ਕੰਮ ਕਾਰ ਕਰਦੇ ਕੋਟ ਸਦਰ ਖਾਨ ਦੇ ਉਹ ਗੱਲ ਕਰਦੇ ਸੀਗੇ ਹਿੰਦੂ ਯਾਰ ਅਸੀਂ ਜਾਣਾ ਹੈਗਾ ਛੁੱਟੀ ਲੈਣੀ ਆ ਉੱਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਜਾ ਕੇ ਲੰਗਰ ਵਡਾਉਣਾ ਉਹ ਬੰਦਿਆਂ ਨੇ ਏਦਾਂ ਗੱਲ ਕੀਤੀ ਮੁੰਡੇ ਨੇ ਗੱਲ ਕੀਤੀ ਮੇਰੇ ਕੋਲ ਮੈਂ ਕਿਹਾ ਪੁੱਤ ਬਾਬਾ ਰੋਡੇ ਸ਼ਾਹ ਸਾਡੇ ਦਾਦੇ ਦਾ ਦਾਦਾ ਸੀ ਜੀ ਦੋਸਤੋ ਚੈਨਲ ਇੱਕ ਸੀ ਪੰਜਾਬ ਦੇ ਨਾਲ ਮੈਂ ਤਾਰਕ ਗੁੱਜਰ ਅਤੇ ਪ੍ਰੋਫੈਸਰ ਅਹਿਮਦ ਅਬਦੁੱਲਾ ਹਾਜ਼ਰ ਅਤੇ ਅੱਜ ਅਸੀਂ ਫਿਰੋਜ਼ਪੁਰ ਦੇ ਪਿੰਡ ਕੋਟ ਸਦਰ ਖਾਨ ਦੀ ਇੱਕ ਬਜ਼ੁਰਗ ਸ਼ਖਸੀਅਤ ਨਾਲ ਬੈਠੇ ਹਾਂ ਨਾਂ ਇਹਨਾਂ ਦਾ ਬਸ਼ੀਰ ਅਹਿਮਦ ਹੈ ਅਤੇ ਇਹਨਾਂ ਦੀ ਰਿਹਾਇਸ਼ ਹੈ ਅੱਜ ਕੱਲ੍ਹ ਚੱਕ ਨੰਬਰ 217 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ ਪੱਖਰ ਸ਼ੁਰੂ ਹੋ ਜਾਂਦਾ ਜੀ ਉੱਥੋਂ ਬੜੀਆਂ ਉਦੋਂ ਤਹਿਸੀਲਾਂ ਸੀ ਫਰੀਦਕੋਟ ਵੀ ਇਹਦੀ ਤਹਿਸੀਲ ਸੀ ਫਰੀਦਕੋਟ ਮੋਗਾ ਵੀ ਤਹਿਸੀਲ ਸੀ ਮੋਗਾ ਮੋਗੇ ਸਾਡੇ ਵਾਲਦ ਸਾਹਿਬ ਦੇ ਨਾਨਕੇ ਸੀ ਮੋਗੇ ਦੇ ਕਿਸੇ ਪਿੰਡ ਚ ਹਾਂ ਮੋਗਾ ਸ਼ਹਿਰ ਨਹੀਂ ਸ਼ਹਿਰ ਚ ਸੀ ਅੱਛਾ ਮੋਗਾ ਉਹ ਮੋਗਾ ਵੀ ਤਹਿਸੀਲ ਸੀ ਹੁਣ ਉਹ ਵੀ ਜ਼ਿਲ੍ਹਾ ਬਣ ਗਿਆ ਤੇ ਫਰੀਦਕੋਟ ਵੀ ਜ਼ਿਲ੍ਹਾ ਬਣ ਗਿਆ ਹੁਣ ਬਣ ਗਏ ਹੋਣਗੇ ਹੁਣ ਬਣ ਗਏ ਤੇ ਤੁਹਾਡਾ ਜਿਹੜਾ ਪਿੰਡ ਸੀ ਕੋਟ ਸਦਰ ਖਾਨ ਇਹ ਚੰਗਾ ਤਕੜਾ ਪਿੰਡ ਸੀ ਬਹੁਤ ਵੱਡਾ ਪਿੰਡ ਸੀ ਕਿੰਨੇ ਨੰਬਰਦਾਰ ਸੀ ਕੋਈ ਅੰਦਾਜ਼ਾ ਕਿੰਨੇ ਕੁ ਲੰਬਰ ਨੰਬਰਦਾਰ ਯਾਰ ਮੈਨੂੰ ਪਤਾ ਨਹੀਂ ਗਾ ਅੱਛਾ ਰਹਿਮਤ ਨੰਬਰਦਾਰ ਸਾਡੇ ਪਾਸੇ ਦਾ ਇਹ ਪਿੰਡ ਸਭ ਇਹ ਸਮਝ ਜਿਵੇਂ ਆ ਫਤਿਹਪੁਰ ਕੇ ਨਹੀਂ ਹਾਂ ਹਾਂ ਇਹਦਾ ਪਿੰਡ ਸੀ ਬੜੇ ਤਕੜੇ ਤਕੜੇ ਪਿੰਡ ਸੀ ਉਦੋਂ ਹਾਂ ਇਹਦਾ ਪਿੰਡ ਸੀਗਾ ਹਾਂ 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 ਤੇ ਰਕਬਾ ਕਿੱਦਾਂ ਦਾ ਸੀ ਪੱਕਾ ਸੀ ਕਿ ਰੇਤਲਾ ਜਿਹਾ ਸੀ ਰਕਬਾ ਪੱਕਾ ਸੀਗਾ ਅੱਛਾ ਹਾਂ ਜਵਾਰਾਂ ਮੱਕੀਆਂ ਬੜੀਆਂ ਕੋਠੇ ਤਰ੍ਹਾਂ ਖੜੀਆਂ ਸੀ ਅੱਛਾ ਜਦੋਂ ਉਜਾੜਾ ਪਿਆ ਇਹ ਤੁਸੀਂ ਉਜਾੜਾ ਕਿਉਂ ਕਹਿੰਦੇ ਆ ਤੁਸੀਂ ਇਹ ਕਿਉਂ ਨਹੀਂ ਉਜੜ ਕੇ ਜੋ ਆਏ ਭੱਜ ਕੇ ਜੋ ਆਏ ਤੁਸੀਂ ਉਜੜ ਗਏ ਉਦੋਂ ਹਾਂ ਨਿਕਲ ਗਿਆ ਉਹ ਹਾਂ ਉਜਾੜਿਆ ਕਿਹਨੇ ਤੁਹਾਨੂੰ ਉਜਾੜਿਆ ਹਿੰਦੁਸਤਾਨ ਹਿੰਦੂਆਂ ਨੇ ਪਾਕਿਸਤਾਨ ਚ ਹਿੰਦੁਸਤਾਨ ਸੀ ਪਾਕਿਸਤਾਨ ਚ ਲਾਉਣਾ ਸੀਗਾ ਤੇ ਨਿਕਲੋ ਬਾਹਰ ਇਹ ਤਾਂ ਮੁਸਲਮਾਨਾਂ ਨੇ ਕਿਹਾ ਸੀ ਸਾਡਾ ਵਤਨ ਵੱਖਰਾ ਕਰ ਦਿਓ ਅਸੀਂ ਇੱਥੋਂ ਚਲੇ ਜਾਣਾ ਤੇ ਮੁਸਲਮਾਨ ਉਜੜਨ ਤਾਂ ਮੁਸਲਮਾਨ ਆਪੇ ਹੀ ਚਾਹੁੰਦੇ ਸੀਗੇ ਉਜੜ ਕੇ ਉਹ ਉਸਨੇ ਉਜੜਾ ਕਿਹੜਾ ਨਹੀਂ ਅਸੀਂ ਉਜੜ ਕੇ ਆ ਗਏ ਬਾਈ ਚਲੇ ਜਾਏ ਦਿਲ ਮਤਲਬ ਤੁਸੀਂ ਪਾਕਿਸਤਾਨ ਵੀ ਬਣਾਉਣਾ ਚਾਹੁੰਦੇ ਸੀ ਤੇ ਇਹ ਵੀ ਆ ਵੀ ਅਸੀਂ ਆਪਣਾ ਘਰ ਵੀ ਛੱਡਿਆ ਅੱਜ ਤੱਕ ਤੁਰ ਕੇ ਆਏ ਆ ਹੁਣ ਕਹਾਣੀ ਸੁਣਦੀ ਤੁਹਾਨੂੰ ਦੱਸਦਾ ਮੈਂ ਕਿਵੇਂ ਕਿਵੇਂ ਸੀ ਤੁਰੇ ਦੱਸੋ ਕਿਵੇਂ ਆਏ ਅਸੀਂ ਰੋਜ਼ੇ ਵਾਲੀ ਈਦ ਪੜ੍ਹੀ ਅਸੀਂ ਰੋਜ਼ੇ ਵਾਲੀ ਈਦ ਹਾਂ ਉੱਥੇ ਪੜ੍ਹੀ ਅਸੀਂ ਹਾਂ ਹਾਂ ਡਾਂਗਾ ਡੂੰਗਾ ਲਗਾਇਆ ਅੱਛਾ ਬਰਸੇ ਪਹਾੜੀਆਂ ਆਮ ਦਾ ਇੰਤਜ਼ਾਮ ਦਾ ਕਰਨਾ ਸੀ ਨਾ ਅੱਛਾ ਉਹ ਬੜੇ ਵਿਸ਼ਾਲ ਚੜ ਕੇ ਹਿੰਦੂ ਸਿੰਘ ਪੈ ਗਏ ਤੇ ਚਲੋ ਬਚਾਅ ਤਾਂ ਕਰਾਂਗੇ ਨਾ ਦਿਫਾ ਤਾਂ ਕਰਾਂਗੇ ਨਾ ਠੀਕ ਆ ਅੱਛਾ ਫਿਰ ਉੱਥੇ ਆ ਗਏ ਉਹਨਾਂ ਆ ਕੇ ਥਾਂ ਖੁੱਲੀ ਜੀ ਆ ਗਏ ਉੱਥੇ ਜਵਾਨ ਜਵਾਨ ਬੰਦੇ ਲਾਪੇ ਕੌਡੀ ਖੇਡਣ ਅੱਛਾ ਕੌਡੀ ਕੁੜੀ ਦੇਖਦੇ ਬੂਟੇ ਰਹਿ ਵੇਖ ਘਰ ਆ ਗਏ ਫਿਰ ਦਿਹਾੜੀ ਗਏ ਜੇ ਖੜੋਤੇ ਹਾਂ ਬਸ ਉਦੋਂ ਹੱਲਾ ਗੁੱਲੀ ਪੈ ਗਈ ਭੱਜੋ ਅੱਛਾ ਫਿਰ ਤੁਰੋ ਇਸ ਤਰ੍ਹਾਂ ਅਸੀਂ ਤੁਰੇ ਨਾ ਜੇ ਜੁੱਤੀ ਪੈਰੀ ਪਾਲੀ ਤੇ ਪਾਲੀ ਤੇ ਨਹੀਂ ਪਾਲੀ ਨਹੀਂ ਪਾਲੀ ਸਮਝ ਆਈ ਨਾ ਏਦਾਂ ਜੀ ਭਗਵਾਨ ਭੱਜ ਗਿਆ ਸੀ ਅੱਛਾ ਲਈ ਦੇਈ ਦੇ ਅਸੀਂ ਨਾ ਰਾਹ ਜੀ ਕਿ ਨਹਿਰ ਆਉਂਦੀ ਸੀਗੀ ਉਹ ਨਹਿਰ ਟੱਪੇ ਨਹਿਰ ਐਡੀ ਹੋਵੇ ਜਿੱਦਾਂ ਦਰਵਾਜ਼ਾ ਵੀ ਨੀ ਆਉ ਬਾਹਰ ਲੈ ਚੰਗੀ ਤਾਰ ਨਹਿਰ ਅੱਛਾ ਹਾਂ ਉਹ ਫਿਰ ਵਿੱਚੋਂ ਜੀ ਅਸੀਂ ਅੱਛਾ ਅਸੀਂ ਸਾਨੂੰ ਤਾਂ ਫੜ ਕੇ ਨਿਗਾਇਆ ਨਾ ਅੱਛਾ ਬੰਦੇ ਜਿਹੜੇ ਤਗੜੇ ਤਗੜੇ ਉਹ ਢੱਗਿਆਂ ਦੇ ਪੂਛਾ ਫੜ ਕੇ ਹੈਂ ਨਾਲ ਪਿੰਡ ਸੀਗਾ ਨਾਲ
ਮੂਸੇ ਵਾਲਾ ਪਿੰਡ ਸੀ, ਮੈਂ ਕਿਹੜਾ ਪਿੰਡ ਨਾ ਭੁੱਲ ਗਿਆ। ਅੱਛਾ, ਉਸ ਪਿੰਡ ਜਾ ਵੜਿਆ ਸੀ। ਅੱਛਾ, ਉਸ ਪਿੰਡ ਸੀ ਦੋ ਤਿੰਨ ਦਿਨ ਰਹਿ। ਅੱਛਾ, ਤੇ ਉੱਥੇ ਨਾ ਫਿਰ ਅਸੀਂ ਨਾ ਰੋਟੀ ਆਟਾ ਚੱਲ ਥੋੜਾ ਬਹੁਤ ਹੈਗਾ ਸੀ, ਤੇ ਉਹ ਅਸੀਂ ਨਾ ਮਾਲ ਮੁਲ ਕੇ ਜੇ ਉਸ ਪਿੰਡ ਦੇ ਸੀ ਗੁਆਂਢ ਦੇ ਜਿਵੇਂ ਘਰਾਂ ਚਲੇ ਗਿਆ ਤੇ ਅਸੀਂ ਰੋਟੀ ਪਕਾ ਲਈਏ। ਉਹ ਕੁਛ ਬੁਰਾ ਬਣਾ ਕਰਨ ਲੋਕ ਆਪ ਉਜਲੇ ਨਾਲ ਸਾਨੂੰ ਵੀ ਜਾਣ ਲੱਗੇ ਆ, ਜਿਹੜੇ ਉੱਥੇ ਦੇ ਹਿੰਦੂ ਸਿੱਖ ਸੀ ਆਦੂ ਸੀ ਸਾਡੇ ਭਰਾ ਹੀ। ਅੱਛਾ, ਮੁਸਲਮਾਨ ਭੱਜ ਕੇ ਆ ਗਏ ਨਾ, ਸਾਨੂੰ ਵੀ ਹੁਣ ਉੱਠਣਾ ਪਊਗਾ। ਘਰ ਛੱਡਣ ਨੂੰ ਕਿਹਦਾ ਜੀਲ ਕਰਦਾ, ਘਰ ਛੱਡਣ ਨੂੰ ਜੀਲ ਨੀ ਕਰਦਾ। ਅੱਛਾ, ਅਸੀਂ ਬੈਠੇ ਨਾਲ ਬਾਗ ਸੀਗਾ, ਬਾਗ ਦੇ ਬੈਠੇ ਦੋ ਤਿੰਨ ਕਿੱਲੇ ਬਾਗ ਸੀਗਾ, ਅੰਬਾਂ ਵਾਂਗ ਉੱਥੇ ਬੈਠੇ ਰਹੇ ਸੀ, ਜਾਰੇ ਕੱਢੇ। ਸਾਡਾ ਵਾਲਦ ਸਾਹਿਬ ਸੀਗਾ ਬੰਗਲੇ ਫਾਜ਼ਲ ਕੇ। ਅੱਛਾ, ਨੌਕਰੀ ਕਰਦਾ, ਠੀਕ ਹੈ, ਸੰਤ ਵੀ ਛੱਡ ਗਿਆ ਸੀ ਨਾ ਇੱਥੇ। ਅੱਛਾ, ਹਾਲਾਤ ਖਰਾਬ ਨੇ, ਚਲੋ ਬਾਬਾ ਬਾਬੂ ਸਾਡਾ ਬੁੱਢਾ ਜੀ ਫਿਰ ਉਮਰ ਸੀਗਾ। ਅੱਛਾ, ਤੇ ਚਾਚੇ ਸੀ ਦੋ, ਗੱਭਰੂ ਸੀ ਇੱਕ, ਬਾਬਾ ਸੀਗਾ ਤੇ ਵਾਲ ਸਾਹਿਬ ਬੰਗਲੇ ਫਾਜ਼ਲ ਸੀਗੇ। ਉਹ ਛੁੱਟੀ ਮੰਗਣ ਲੱਗਾ ਆਪਣੇ ਵਜ਼ੀਰਦਾਰ ਕੋਲ, ਤੁਸੀਂ ਮੈਨੂੰ ਛੁੱਟੀ ਦਿਓ, ਨਾ ਜਾ ਲਾਈ ਤੂੰ ਨਾ ਜਾ, ਹੱਲਾ ਗੁੱਡੀ ਪਈ ਆ, ਕਚਰੋ ਗਾਜ ਹੁੰਦੀ ਪਈ ਆ, ਮਾਰੇ ਜਾਵੇ ਨਹੀਂ ਮੇਰਾ ਬਾਲ ਮੈਂ ਬੁੱਢਾ ਜੀ ਫਿਰ ਮੈਂ ਜਾ ਕੇ। ਮੁੰਡੇ ਜਵਾਨ ਤਾਂ ਹੈਗੇ, ਅਗਲਾ ਅਗਲਾ ਮੂੰਹ ਆ, ਮੈਂ ਕਿਧਰੂ ਜਾਣਾ ਕਿਧਰੂ ਨਹੀਂ ਜਾਣਾ ਹੈ ਤੇ ਮੈਂ ਜਾਣਾ। ਅੱਛਾ, ਉੱਥੋਂ ਤੁਰ ਪੈ ਗਈ, ਫਿਰੋਜ਼ਪੁਰ ਆ ਗਏ ਤੇ ਉੱਥੋਂ ਗਾਹ ਫਿਰ ਇੱਧਰੋਂ ਆਉਣਾ ਸੀ ਨਾ ਘਰਾਂ ਨੂੰ, ਉੱਥੇ ਗੋਲੀ ਚੱਲੇ। ਅੱਛਾ, ਇਹ ਤੇ ਕਿਹਦਾ ਯਾਰ ਦੋਸਤ ਸੀ ਸਾਡੇ ਵਾਲ ਦਾ, ਇਹ ਗੱਡੀਆਂ ਥੱਲੇ ਲਾਈਨ ਚ ਬਹਿ ਕੇ ਬਿਠਾਏ। ਅੱਛਾ, ਗੱਡੀਆਂ ਖੜੋਤੀਆਂ ਸੀ ਨਾ, ਗੱਡੀਆਂ ਦੀ ਲਾਈਨ ਖੜੀ ਸੀ। ਸਿੱਖ ਹਿੰਦੂ ਕਹਿਣ ਵੀ ਸਾਡੇ ਉੱਧਰ ਜਿਹੜੀ ਭਰਾ ਪਾਈ ਨਾ ਹਿੰਦੂਆਂ ਦੇ ਹਿੰਦੂ, ਉਹ ਸਹੀ ਸਲਾਮਤ ਆਏ ਤਾਂ ਅਸੀਂ ਵੀ ਗੱਡੀ ਤੋੜ ਦਿਆਂਗੇ ਤੁਹਾਡੀ, ਜੇ ਸਾਡੇ ਬੰਦੇ ਉਧਰੋਂ ਆਏ ਪਾਕਿਸਤਾਨ ਵਾਲੇ ਪਾਸੇ ਸਹੀ ਸਲਾਮਤ ਤੇ ਤੁਹਾਡੀ ਗੱਡੀ ਤੋੜ ਦਿਆਂਗੇ, ਤੁਹਾਡੀ ਵੀ ਤੋੜ ਦਿਆਂਗੇ। ਹਾਂ, ਅਸੀਂ ਵੱਢਣਾ ਵੱਢਣਾ ਚੁੱਕਣਾ। ਅੱਛਾ, ਇਹ ਗੱਲਾਂ ਸੁਣਦੇ ਨੇ, ਹਾਂ ਬੈਠੇ ਸੁਣਦੇ ਨੇ। ਅੱਛਾ ਅੱਛਾ ਅੱਛਾ, ਉਹ ਫਿਰ ਗੱਡੀ ਉਧਰੋਂ ਆਈ ਸਹੀ ਸਲਾਮਤ, ਇਧਰੋਂ ਗੱਡੀ ਉਧਰ ਗਈ ਨਾ, ਤੇ ਉਹ ਕਹਿਣ ਲੱਗੇ ਬਈ ਸਾਨੂੰ ਤਾਂ ਵੀ ਉਹਨਾਂ ਨੇ ਪਾਣੀ ਪਾਣੀ ਪੁੱਛਦੇ ਆਏ ਕੇਂਦਰਾਂ ਤੇ, ਸਾਨੂੰ ਕੁਛ ਨੀ ਆਖਿਆ। ਅੱਛਾ ਅੱਛਾ, ਉਹ ਕਾਫਲੇ ਦੇ ਨਾਲ ਨਾਲ ਤੁਰੇ ਆਏ ਗੱਡੀਆਂ ਦੇ ਸਿੱਖ ਹਿੰਦੂ? ਨਹੀਂ ਨਹੀਂ, ਗੱਡੀ ਚ ਬਹਿ ਕੇ, ਗੱਡੀ ਨੀ ਆਉਂਦੀ ਲੈਣ ਦੀ, ਗੱਡੀ ਚ ਬਹਿ ਕੇ, ਗੱਡੀ ਗੱਡੀ ਸਹੀ ਸਲਾਮਤ ਆਈ ਸਾਡੀ ਉਧਰੋਂ ਹਿੰਦੂਆਂ ਦੀ, ਅੱਛਾ ਸਾਡੇ ਭਰਾਵਾਂ ਦੀ, ਤੇ ਉਹ ਅਸੀਂ ਵੀ ਗੱਡੀ ਤੋੜ ਦਿਆਂਗੇ। ਠੀਕ ਆ, ਫਿਰ ਉਹ ਆਈ ਸਹੀ ਸਲਾਮਤ, ਠੀਕ ਬਾਬਾ ਸਲੂਕ ਦਾ ਆਈ ਗੱਡੀ, ਤੇ ਫਿਰ ਆ ਕੇ ਚੰਗਾ ਅਸੀਂ ਤੋੜ ਦਿੰਦੇ ਹਾਂ। ਅੱਛਾ, ਫਿਰ ਗੱਡੀ ਜੋ ਤਿਆਰ ਤੁਰ ਹੋਈ ਨਾ, ਤੇ ਇਹ ਸਾਡਾ ਵਾਲਦ ਸਾਹਿਬ ਤੇ ਕਿਹਦਾ ਯਾਰ ਦੋਸਤ ਇਹ ਗੱਡੀ ਚ ਵੜ ਗਏ। ਅੱਛਾ ਅੱਛਾ, ਜਿਹੜੀ ਜਾਣੀ ਸੀ, ਠੀਕ ਆ, ਹੈਂ ਠੀਕ ਆ, ਇਹ ਵੜ ਕੇ ਨਾ, ਤੇ ਉਦੋਂ ਸਾਦੀਆਂ ਸੀਟਾਂ ਹੁੰਦੀਆਂ ਸੀ ਜਿਹੀਆਂ, ਸੰਗਲ ਪਾ ਲੈਣਾ ਸੀ ਪੱਟੇ ਪੱਟੇ ਚ ਬਹਿ ਜਾਣਾ, ਠੀਕ ਆ, ਇਹ ਨਾ ਦੋਵੇਂ ਨਾ ਗੁਸਲਖਾਨੇ ਚ ਵੜ ਗਏ, ਗੱਡੀ ਦੇ ਗੁਸਲਖਾਨੇ, ਹਾਂ ਵੜ ਕੇ ਅੰਦਰ ਕੁੰਡੀ ਲਾ ਲਈ। ਅੱਛਾ, ਸਿੱਖ ਜਿਹੜੇ ਨਾ ਇਹ ਅੰਦਰ ਵਾ ਕੇ ਲਈਆ ਕੁਹਾੜੀਆਂ ਬਿਲਕੁਲ ਬੜੀਆਂ, ਹਾਂ ਹਾਂ, ਪੁੱਤ ਅੰਦਰ ਜਿਹੜਾ 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 ਵੱਢ ਲਈਏ ਉਹ ਹੀ ਸਹੀ ਸਹੀ ਸਹੀ, ਹੈਂ ਜਿਹੜਾ ਇਹਨਾਂ ਨੂੰ ਕਤਲ ਕਰ ਲਈ ਉਹ ਹੀ ਸਹੀ ਸਹੀ ਉਹ ਹੀ ਸਹੀ, ਇਹ ਬੜੇ ਸੱਚੀ ਵਿੱਚੋਂ ਦੀ ਵੇਖਦੇ। ਤੇ ਗੱਡੀ ਜਦੋਂ ਨਾ ਅੱਲਾ ਰੱਖਣ ਵਾਲਾ ਹੁੰਦਾ, ਗੱਡੀ ਜਦੋਂ ਤੁਰ ਪਈ ਨਾ, ਗੱਡੀ ਤੁਰ ਪਈ ਵਾਹਵਾ ਠੱਕ ਠੱਕ ਠੱਕ, ਗੱਡੀ ਤੁਰ ਪਈ, ਇੰਜਣ ਸਿੱਧੇ ਹੁੰਦੇ ਹੁੰਦਾ ਬਲਿਆ। ਅੱਛਾ, ਉਹ ਨਾ ਵਾਹਵਾ ਜਦ ਥੋੜੀ ਜਿਹੀ ਰਫਤਾਰ ਤੇਜ਼ ਹੋ ਗਈ, ਉਦੋਂ ਫਿਰ ਨਿਕਲੇ। ਅੱਛਾ, ਗੁਸਲਖਾਨੇ ਨਿਕਲ ਕੇ ਫੱਟਿਆਂ ਦੇ ਬੈਠੇ, ਸਲਾਹ ਕਰਦੇ ਪਏ ਆਪਾਂ ਫਲਾਣੇ ਸਟੇਸ਼ਨ ਤੇ ਉਤਰੀਏ, ਉੱਥੇ ਰਸ਼ ਘੱਟ ਹੋਊਗਾ, ਵੱਡੇ ਸਟੇਸ਼ਨ ਤੇ ਉਤਰੋ ਰਸ਼ ਹੁੰਦਾ ਉੱਥੇ ਖਤਰਾ ਹੁੰਦਾ, ਆਪਾਂ ਛੋਟੀ ਸਟੇਸ਼ਨੀ ਚ ਉਤਰੀਏ, ਆਪਾਂ ਫਲਾਣੀ ਥਾਂ ਡੰਡੀ ਪੈ ਜਾਂਗੇ ਫਲਾਣੇ ਪਿੰਡ ਨੂੰ, ਉੱਥੋਂ ਗਾਂ ਫਲਾਣੇ ਪਿੰਡ, ਉੱਥੋਂ ਗਾਂ ਫਲਾਣੇ ਪਿੰਡ, ਉੱਥੇ ਉਤਰ ਗਏ ਜੀ ਰਾਹ ਚ। ਅੱਛਾ,
ਤੇ ਕਿਸਨ ਦੀ ਗੱਡੀ ਖੜੋਦੀ ਹੁੰਦੀ ਆ, ਹਾਂਜੀ ਉੱਤਰ ਗਿਆ ਤੁਰ ਪੈ ਗਈ। ਅੱਜ ਪਿੰਡ ਆਇਆ ਜੋ ਪਿੰਡ ਆ ਗਿਆ ਉਹ ਨਾਲ ਦੇ ਬੇਲੀ ਦਾ, ਉੱਥੇ ਤਿਆਰੀਆਂ ਹੋਣ। ਅੱਛਾ ਚੋਰ ਟੂਰ ਪਕਾਉਣ ਬੇਗਾਂ ਡੋਗਾਂ ਹੈ, ਉਹ ਵੀ ਤਿਆਰ ਸੀ ਨਾ ਤੁਰਨ ਨੂੰ, ਤੁਰਨ ਵਾਸਤੇ। ਅੱਛਾ ਤੁਰਨ ਵਾਸਤੇ ਇਹ ਲੱਗਾ ਮੈਂ ਕੁਛ ਨੀ ਖਾਣਾ ਪੀਣਾ, ਨਾ ਚੌਲ ਚੂਲ ਖਾਣੇ, ਮੈਂ ਤਾਂ ਦੋ ਘੁੱਟ ਹੁੱਕੇ ਦੇ ਪੀਣੇ ਆ, ਪੀ ਕੇ ਤੇ ਮੈਂ ਨਿਕਲਣਾ ਰਾਤੋਂ ਰਾਤ। ਅੱਛਾ ਹਨੇਰਾ ਸੀ ਨਾ। ਅੱਛਾ ਇਹਨੇ ਦੋ ਘੁੱਟ ਹੁੱਕੇ ਦੇ ਪੀਤੇ, ਉਹ ਕਹਿੰਦੇ ਫਸਲ ਨਹੀਂ ਨਾ ਯਾਰ ਹਨੇਰਾ ਆ ਗਿਆ ਮਾਰਿਆ ਜਾਏਗਾ ਤੂੰ, ਅਗਰ ਨਹੀਂ ਛਾਲਾ ਵਾਲ ਰਿਹਾ ਉਹ ਤੋਂ ਫਿਰ ਤੁਰ ਪਿਆ ਨਹੀਂ ਦੇਈਦਾ। ਅੱਛਾ ਪਿੰਡ ਪਹੁੰਚਿਆ, ਪਿੰਡ ਕੋਈ ਸ਼ਾਇਦ ਨਜ਼ਰ ਨਾ ਆਈ। ਅੱਛਾ ਤਕੜਾ ਪਿੰਡ ਜੇ ਫਸੇ ਬਹੁਤ ਖਾਲੀ ਪਿਆ ਹੋਵੇ ਘਰ ਨੂੰ ਫਰੀ ਖਾ ਦਿੰਦਾ, ਫਿਰ ਸ਼ਾਮ ਲਾ ਕੇ ਵੇਲ ਲਾਇਆ ਕਿ ਜਰੂਰ ਨਿਕਲੇ ਹੋਣਗੇ, ਪਤਾ ਲੱਗਾ ਕੰਟਰੋਲ ਲੱਗੇ ਵੀ ਐਂ ਨਿਕਲੇ ਨੇ। ਉੱਥੋਂ ਪਿਆ ਹੋਲੀ ਹੌਲੀ ਦਾ ਪਤਾ ਲੱਗਦਾ ਲੱਗਦਾ ਤੁਰਦਾ ਆਇਆ, ਫਿਰ ਨਾਲ ਟੱਪੀ ਉੱਥੋਂ ਸੂਰਜ ਨਿਕਲਦੇ ਨਾਲ ਉਹ ਸਾਡੇ ਕੋਲ ਆ ਗਿਆ। ਤੁਸੀਂ ਉਦੋਂ ਤੁਰੇ ਜਾਂਦੇ ਸੀ ਕਾਫਲੇ ਦੇ ਨਾਲ? ਹੈ ਅਸੀਂ ਉੱਥੇ ਬੈਠੇ ਸੀ ਆਣ ਕੇ ਪਾਰਟੀ ਜੂ, ਆਪਾਂ ਇੱਥੋਂ ਨਿਕਲ ਕੇ ਚਲੇ ਜਾਈਏ ਯਾਰ, ਦੋ ਤਿੰਨ ਮੀਲਾਂ ਪਿੰਡ ਹੋਵੇ ਅਗਲਾ ਪਿੰਡ। ਹਾਂ ਜਾ ਬਈਏ ਠੀਕ ਹੈ। ਕਿੱਥੇ ਕੁ ਬੈਠੇ ਸੀ ਉਦੋਂ ਤੁਸੀਂ ਜਦੋਂ ਰਲੇ ਤੁਹਾਡੇ ਵਾਲਦ ਸਾਹਿਬ ਆ ਕੇ? ਹੈਂ ਅਸੀਂ ਬੈਠੇ ਸੀਗੇ ਮੂਸੇ ਵਾਲਾ ਪਿੰਡ ਸੀਗਾ, ਮੂਸੇ ਵਾਲਾ। ਹਾਂ ਇਹ ਉਧਰ ਹੀ ਸੀ ਹਜੇ? ਹਾਂ ਉਧਰੇ ਉਧਰੇ ਹਿੰਦੁਸਤਾਨ ਚ ਨਹੀਂ ਆਏ, ਹਿੰਦੁਸਤਾਨ ਚ ਸੀਗੇ। ਠੀਕ ਆ। ਹਾਂ ਹਾਂ ਜਿਵੇਂ ਆਪਾਂ ਯਾਰ ਨਾ ਟੱਪਾ ਅਗਲੇ ਪਿੰਡ ਜਾ ਬੜੀਏ ਖੜੋਈਏ। ਅੱਛਾ ਤੁਸੀਂ ਜਦੋਂ ਉੱਥੋਂ ਉੱਠੇ ਆ ਪਿੰਡ ਚੋਂ ਕੋਟ ਸਦਰ ਖਾਨ ਚੋਂ, ਤੇ ਉਦੋਂ ਤੁਹਾਡੇ ਤੇ ਹਮਲਾ ਤਾਂ ਨਹੀਂ ਹੋਇਆ ਪਿੰਡ ਚ? ਨਹੀਂ ਕੋਈ ਮਾਰ ਵਾਟ ਨਹੀਂ ਹੋਈ, ਉਦੋਂ ਨਹੀਂ ਹੋਈ। ਤੇ ਜਿਹੜੇ ਪਿੰਡ ਦੇ ਸਕੇ ਦੋ ਤਿੰਨ ਘਰ ਕਰਾੜਾਂ ਦੇ ਤੁਸੀਂ ਦੱਸਦੇ ਹੋ ਖੱਤਰੀਆਂ ਦੇ, ਉਹ ਦੁਕਾਨਦਾਰ ਸੀ? ਨਹੀਂ ਉਹ ਤਰਖਾਨ ਸੀ। ਤਰਖਾਨ ਸੀ, ਤਰਖਾਨ। ਕਿਸੇ ਦਾ ਨਾਂ ਯਾਦ ਹੈ ਤੁਹਾਨੂੰ? ਨਾਂ ਨੀ ਮੈਨੂੰ ਯਾਦ ਆ, ਮੁੰਡੇ ਫੱਟੀਆਂ ਫੁੱਟੀਆਂ ਧੋਂਦੇ ਹੁੰਦੇ ਸੀਗੇ। ਅੱਛਾ ਚਲੇ ਜਾਈਦਾ ਸੀਗਾ, ਉਹਨਾਂ ਨੇ ਰੱਖੀ ਸੀ ਬਾਂਦਰੀ, ਮੁੰਡੇ ਚਲੇ ਜਾਂਦੇ ਸ਼ੁਗਰ ਬਾਅਦ ਚ ਪ੍ਰਾਇਮਰੀ ਤੱਕ। ਤੇ ਮਾਸਟਰਾਂ ਦੇ ਨਾਂ ਯਾਦ ਹੈ ਕਿਸੇ ਦਾ? ਮਾਸਟਰ ਨਾਂ ਨੀ ਯਾਦ। ਯਾਰ ਤੁਸੀਂ ਪੜ੍ਹੇ ਹਿੰਦੂ ਹਿੰਦੂ ਮਾਸਟਰ ਵੀ ਸੀਗੇ? ਹਾਂ ਹਿੰਦੂ ਨੀ ਸੀ, ਮੁਸਲਮਾਨ ਸੀ, ਪੱਗਾਂ ਵਾਲੇ। ਕਿਹੜੇ ਪਿੰਡ ਦੇ ਸੀ ਉਹ? ਹੈਂ ਕਿਹੜੇ ਪਿੰਡ? ਮੂਸੇ ਵਾਲਾ ਕਰਾਇਆ, ਨੂਰਪੁਰਾ, ਕਈ ਦਾ ਪਿੰਡ ਸੀਗੇ। ਅੱਛਾ ਇਹਨਾਂ ਨੇ ਅਸੀਂ ਡਰੈਸ ਨੀ ਪੁੱਛਿਆ ਕੌਣ ਸੀ ਕੌਮ ਦਾ ਮਾਸਟਰ? ਕੌਮ ਨਹੀਂ ਪਤਾ, ਇਹ ਨਹੀਂ ਪਤਾ। ਹੈ ਮੁਸਲਮਾਨ ਸੀ ਸਾਰੇ? ਮੁਸਲਮਾਨ ਸੀ ਬਿਲਕੁਲ। ਤਰਖਾਣਾ ਦਾ ਕੋਈ ਮੁੰਡਾ ਨੀ ਸੀ ਪੜ੍ਹਦਾ ਤੁਹਾਡੇ ਨਾਲ? ਨਹੀਂ ਨਹੀਂ ਮੁੰਡਾ ਕੋਈ ਸੀ, ਕੋਈ ਨੀ ਸੀ ਪੜ੍ਹਦਾ। ਬੰਦੇ ਕੈਸੇ ਸੀ ਉਹ ਤਰਖਾਣ? ਚੰਗੇ ਬੰਦੇ ਸੀ। ਚੰਗੇ ਸੀਗੇ? ਬੱਚਿਆਂ ਨਾਲ ਕੋਈ ਕਰਦੇ ਤੇ ਨਹੀਂ ਸੀ? ਕੋਈ ਮੁਸਲਮਾਨਾਂ ਦੇ? ਨਹੀਂ ਨਹੀਂ ਬੁਰਾ ਨੀ ਸੀਗਾ। ਅੱਛਾ ਤੁਹਾਡੇ ਵਾਲਦ ਸਾਹਿਬ ਦੀ ਕਿਸੇ ਨਾਲ ਕੋਈ ਦੋਸਤੀਆਂ ਹੈ ਸੀ? ਕੋਈ ਸਿੱਖ ਹਿੰਦੂ ਦੇ ਨਾਲ ਕੋਈ ਦੋਸਤ ਹੈ ਸੀ? ਸਿੱਖ ਹਿੰਦੂ ਦਾ ਦੋਸਤ ਦਾਦੇ ਦੀ ਹੋਵੇ? ਦਾਦੇ ਦੀ ਦੋਸਤੀ ਹੈਗੀ, ਮੈਨੂੰ ਨਾ ਯਾਦ ਨਹੀਂ ਹੋ ਗਿਆ ਦੋਸਤੀ ਆ। ਉਹ ਕਹਿੰਦਾ ਵੀ ਤੁਹਾਨੂੰ ਰੱਖਣ ਨੂੰ ਰੱਖ ਲਵਾਂ। ਹਿੰਦੂ ਕਹਿੰਦਾ ਸੀ ਧਰਮ ਦੇ ਭਰਾ ਬਣੇ ਸੀਗੇ ਸਾਡੇ ਦਾਦੇ, ਵੀ ਹੁਣ ਬੱਸੋਂ ਬਾਹਰ ਗੱਲ ਹੋਈ, ਮੈਂ ਇਕੱਲਾ ਇਧਰੋਂ 10 ਜਾਣੇ ਆ ਜਾਣ ਮੈਂ ਤੁਹਾਨੂੰ ਕਿਵੇਂ ਬਚਾਵਾਂ, ਹੁਣ ਤੁਸੀਂ ਨਾ ਚਲੇ ਜਾਓ। ਸਰ ਉਹ ਕਿਹੜੇ ਪਿੰਡ ਦਾ ਸੀ ਕੋਈ ਯਾਦ? ਦਰਿਆ ਭਾਈ ਮੋਗੇ ਦਾ ਕਰਕੇ ਅਜੇ ਬਾਅਦ। ਅੱਛਾ ਦਾਦੇ ਦਾ ਪੱਗ ਵੱਟ ਭਰਾ ਸੀ ਬਣਿਆ? ਤੇ ਦਾਦਾ ਯਾਦ ਯੂਦ ਵੀ ਕਰਦਾ ਰਿਹਾ ਬਾਅਦ ਚ? ਉਹਨੂੰ ਦਾਦਾ ਆ ਗਿਆ ਸੀ ਇੱਧਰ? ਦਾਦਾ ਆ ਗਿਆ ਸੀਗਾ, ਉਹ ਸਾਨੂੰ 53 ਚ ਫੌਤ ਹੋ ਗਿਆ ਸੀ। ਇੱਥੇ ਆ ਕੇ ਲਈਏ? ਨਹੀਂ ਇੱਥੇ ਆਓ ਯਾਰ, ਹਿੰਦੁਸਤਾਨ ਆਰਫ ਵਾਲੇ। ਆਰਫ ਵਾਲੇ ਬੈਠੇ ਤੁਸੀਂ? ਆਰਫ ਵਾਲੇ ਆ ਕੇ ਬੈਠੇ ਸੀ ਜੀ ਪਹਿਲਾਂ। ਅੱਛਾ ਕੋਈ ਤੁਹਾਡੇ ਪਿੰਡ ਦੇ ਬੰਦੇ ਕੋਈ ਰਸਤੇ ਚ ਰਹਿ ਤਾਂ ਨਹੀਂ ਗਏ? ਹੈਂ ਕੋਈ ਰਹਿਕ ਤਾਂ ਨਹੀਂ ਗਏ ਕੋਈ ਪਿੰਡ ਚ? ਰਹਿਣ ਨੂੰ ਬਥੇਰੇ ਕਈ ਰਹਿ ਗਏ ਸੀਗੇ, ਕਈ ਵੱਡੇ ਵੀ ਗਏ ਅੱਗੇ ਪਿੱਛੇ। ਤੇ ਕੋਈ ਐਸਾ ਬੰਦਾ ਜਾਂ ਜਨਾਨੀ ਹੋਵੇ ਜਿਹੜੀ ਰਹਿ ਗਈ ਹੋਵੇ ਜਾਂ ਉਹਨਾਂ ਨੇ ਖੋ ਲਈ ਹੋਵੇ? ਨਹੀਂ ਮੇਰੇ ਨਜ਼ਰ ਚ ਕੋਈ ਨੀ, ਕੋਈ ਖਾਈ ਇਹ ਕੋਈ ਹੋਵੇ ਉਸ ਉਸ ਲੋਕ ਕਿਹੜਾ ਧਿਆਨ ਸੀ ਕੋਈ ਏਦਾਂ ਹਿੰਮਤ ਨੂੰ ਦੱਸਦਾ ਨਾ ਗੱਲ ਕਿਵੇਂ ਅਸੀਂ ਵੀ ਆ ਗਏ ਮਹੂ ਮਹੂ ਤੁਰਦੇ ਤੁਰਦੇ ਮਹੂ ਆ ਗਏ। ਅੱਛਾ
ਮਹੂ ਸਾਨੂੰ ਘੇਰਾ ਪੈ ਗਿਆ। ਅੱਛਾ ਹੈਂ, ਨਹਿਰ ਹੋਵੇ ਚੰਗੀ ਤਗੜੀ, ਹਾਂ ਹਾਂ, ਉਹ ਲੰਘਣੀ ਹੋਵੇ ਉੱਥੇ ਹਿੰਦੂਆਂ ਦੇ ਸਿਪਾਹੀ ਉਹ ਪੈਸੇ ਲੈਣ। ਅੱਛਾ, ਪੈਸੇ ਲੈਣ ਤੇ ਸਾਡੇ ਬਾਗ ਦਿੰਦੇ ਫਿਰ ਅਸੀਂ ਉੱਥੇ ਲਾਏ ਸੀ, ਪਾਣੀ ਮੈਨਾਂ ਨੇ ਖੁੱਟਤਾ ਸੀ, ਅਸੀਂ ਖੇਸ ਕੱਢ ਕੇ ਨਾ ਖੇਸ ਆਏ ਤੰਬੂ ਲਾਏ ਸੀ। ਹਾਂ ਹਾਂ, ਅੱਛਾ, ਤੇ ਉਹ ਗੋਸ਼ ਭੁੰਨ ਕੇ ਉਹ ਖਾਂਦੀ ਸੀਗੀ। ਅੱਛਾ, ਤੇਰਾ ਇੱਧਰ ਹੀ ਬੱਕਰੀਆਂ ਦਾ ਸੌ ਬੱਕਰੀ ਉਹ ਛੱਡੋ ਬੜੇ, ਮੈਂ ਕਿਹੜਾ ਬੱਚਾ ਕਿਹੜਾ ਖਾਓ ਫੜ ਕੇ ਖਾਓ ਪੀਓ ਇਹਨੂੰ ਹੈ। ਹਾਂ, ਇਹ ਬੱਕਰੀ ਸੀ ਏਦਾਂ ਦਾ। ਅੱਛਾ, ਉਹ ਨਾ ਸਾਡਾ ਵਾਲ ਸਾਹਿਬ ਪੈਸੇ ਇਕੱਠੇ ਕਰੇ। ਅੱਛਾ, ਦਈਏ ਦੇ ਗਾਹ ਲੰਘੀਏ। ਹਾਂ ਹਾਂ, ਕੰਜਰ ਉਹ ਹੈ ਬੇਈਮਾਨ ਸੀ, ਪੈਸੇ ਲੈ ਕੇ ਨਾ ਤੇ ਰੁਪਈਏ ਪੰਜ ਦੇ ਦੇਣੇ, ਆਹ ਲੈ ਜਾਓ ਗਾਹ, ਆ ਦੇਵਿਆਂ ਨੂੰ ਗਾਹ ਲੰਘ ਜਾਇਓ ਅੱਗਾ ਜਿਵੇਂ ਨਾ ਉਹ ਸਕੂਲ ਗੌਰਮੈਂਟ ਦਾ ਤੁਹਾਡਾ ਕੀ ਨਾ ਫਸੇ ਪਹੁੰਚਾ ਅਗਲਾ। ਹਾਂ ਹਾਂ, ਏਡੀ ਦੂਰ ਚੂੜੇ ਪਾਏ ਸੀਗੇ। ਅੱਛਾ, ਚੂੜੇ ਪੰਜ ਰੁਪਈਏ ਲੈਂਦੇ ਸੀ, ਝੇੜੀ ਚ ਬਰਸਾ ਮਾਰ ਕੇ ਖਿੱਚਿਆ। ਅੱਛਾ, ਪੈਸੇ ਕੌਣ ਦਿੰਦਾ ਸੀ ਉਹਨਾਂ ਨੂੰ? ਪੈਸੇ ਪੈਸੇ ਆਪਾਂ ਲੋਕ ਦਿੰਦੇ ਸੀ, ਦਿੰਦੇ ਸੀ ਸਾਨੂੰ ਲੰਘ ਲੈਣ ਦਿਓ, ਲੰਘ ਲੈਣ ਦਿਓ। ਤੇ ਉਹ ਕੀ ਕਰਦੇ ਸੀ? ਹੈਂ, ਉਹ ਮਾਰੀ ਜਾਂਦੇ ਸੀਗੇ, ਪੈਸੇ ਵੀ ਲਈ ਜਾਂਦੇ ਸੀ ਤੇ ਮਾਰੀ ਵੀ ਜਾਂਦੇ। ਤੁਹਾਡੇ ਕਾਫਲੇ ਵਾਲਿਆਂ ਚੋਂ ਬੰਦੇ ਮਾਰੇ ਉਹਨਾਂ ਨੇ? ਅੱਛਾ, ਉਹ ਜਿਹੜੀ ਗਾਹ ਲੰਘ ਗਿਆ, ਮਾਰ ਗਿਆ ਮਾਰ ਗਿਆ, ਉਹ ਫਿਰ ਤੈਨੂੰ ਦੱਸਦਾ ਨਾ ਵੀ ਸਾਡਾ ਕੁਦਰਤੀ ਕੁਦਰਤ ਅੱਲਾ ਬਚਾਉਣ ਵਾਲਾ ਜਿਹਦੇ ਅਸੀਂ ਬਿਨਾਂ ਹੁੰਦੇ। ਹਾਂ ਹਾਂ, ਉਹ ਸਾਡਾ ਸਾਡੇ ਪਿੰਡ ਦਾ ਬੰਦਾ ਸੀ ਚੰਗਾ, ਚੌਧਰੀ ਸ਼ਫਕਤ ਰਸੂਲ। ਚੌਧਰੀ ਸ਼ਫਕਤ ਰਸੂਲ, ਜਾਣ ਖਾਨਾ ਸੁਣਿਆ ਹੋਊਗਾ ਸ਼ਫਕਤ ਰਸੂਲ? ਹਾਂ, ਅੱਛਾ, ਜਾਣ ਖਾਨਾ ਸੰਤਾਲੀ ਚੱਕ ਦਾ ਨੰਬਰਦਾਰ ਵੀ ਸੀਗਾ, ਸੰਤਾਲੀ ਚੱਕ। ਹਾਂ, ਇਹ ਸੰਤਾਲੀ ਚੱਕ ਤਹਿਸੀਲ ਜ਼ਿਲ੍ਹਾ ਭੱਖਰ, ਹਾਂ, ਇੱਥੇ ਆ ਗਿਆ ਇਸਰਾਏ ਕ੍ਰਿਸ਼ਨਾ ਦੇ ਨਾਲ। ਹਾਂ, ਤੇ ਆਪਣਾ ਬਰਾਬਰੀ ਸੀਗਾ। ਹਾਂ, ਸੰਤਾਲੀ ਚੱਕ ਚ ਬੈਠੇ ਰਾਹੀਂ ਕਾਫੀ ਬੈਠੇ, ਸਾਡਾ ਤਾਇਆ ਲੱਗਦਾ ਸੀਗਾ। ਅੱਛਾ, ਬੜਾ ਤਰਲਿਆ ਦਾ ਬੰਦਾ ਸੀ, ਚੌਧਰੀ ਪੁਲਿਸ ਦਾ ਅਫਸਰ ਸੀ, ਉਹ ਪੁਲਿਸ ਦਾ ਅਫਸਰ ਸੀਗਾ, ਬਹੁਤ ਤਰਲਿਆ ਬੰਦਾ ਸੀਗਾ। ਉਹ ਫਿਰ ਬੰਦੇ ਲੈ ਗਿਆ ਇੱਧਰੋਂ ਪਾਕਿਸਤਾਨ ਵੱਲੋਂ। ਅੱਛਾ, ਪੰਜ ਚਾਰ ਉਹ ਜਾ ਕੇ ਤੋਪਾਂ ਕਰਦੀਆਂ। ਅੱਛਾ, ਹੈਂ, ਉਹ ਜਾ ਕੇ ਬਦਲੇ ਤੂੰ ਹੀ ਕਰਦਾ ਪੈਸੇ ਇਕੱਠੇ ਕਰਦਾ, ਅਗਰ ਪੈਸੇ ਕੋਈ ਇਕੱਠੇ ਕਰਨੇ ਆ ਤਾਂ ਅਮਲ ਕਰੋ, ਹੈਂ, ਕੁਛ ਕਰਦੇ ਆ। ਉਹਨੇ ਪਾਸੇ ਦੂਰਬੀਨ ਲਾ ਕੇ ਉਹ ਜਿਹੜੇ ਖੋਤੇ ਸੀ ਨਾ ਪੁਲਿਸ ਖੋਤੀ ਹਿੰਦੂਆਂ ਦੀ, ਸਾਰੇ ਉਡਾਏ, ਸਾਰਿਆਂ ਨੂੰ ਗੋਲੀਆਂ ਭੁੰਨਤਾ ਭੁੰਨਤਾ, ਖਤਮ ਹੋ ਗਿਆ। ਲੈ ਹੁਣ ਤੁਸੀਂ ਅਮਲ ਰਾਤ ਕੱਢੋ ਤੇ ਸਵੇਰ ਨੂੰ ਤੁਰਨਾ। ਅੱਛਾ, ਰਾਮ ਨਾਲ ਤੇ ਫਿਰ ਜੋ ਗੱਡੀ ਆਵੇ, ਗੱਡੀ ਆਈ ਤੇ ਬੰਦੇ ਟੱਪਣ, ਗੱਡੀ ਇਹਨੇ ਹੋਵੇ ਜਿਵੇਂ ਹਾਰ ਚੜਕਾ। ਅੱਛਾ, ਲੈਣ ਗੱਡੀ ਵੀ, ਹਾਂ ਹਾਂ, ਗੱਡੀ ਤੁਰੀ ਆਵੇ ਇੱਧਰੋਂ, ਹਾਂ ਹਾਂ, ਮੈਂ ਵੇਖਦਾ ਮੈਂ ਗੱਡੀ ਆਚਣਾ, ਹਾਂ ਹਾਂ, ਹੈਂ, ਬੰਦੇ ਟੱਪ ਜੇ ਪਏ ਗੋਗਾ ਗੋਪਾਣਾ, ਹਾਂ ਹੈਂ, ਹਾਂ ਹਾਂ, ਉਹਨੇ ਫਿਰ ਗੱਡੀ ਨੂੰ ਰੋਕਿਆ, ਮੈਂ ਗੱਡੀ ਰੋਕ, ਹਾਂ ਹਾਂ, ਉਹ ਗੱਡੀ ਨਾਲ ਰੋਕੇ ਕਹਿੰਦਾ ਮੈਂ ਗੱਡੀ ਰੋਕੇ, ਉਹਨੇ ਕਿਹਾ ਗੱਡੀ ਰੋਕ ਦੇ, ਹਾਂ ਹਾਂ, ਤੂੰ ਮੇਰਾ ਵਾਕਫ ਨਹੀਂ, ਅੱਛਾ, ਮੇਰਾ ਨਾਂ ਵਾਕਫ ਨਾ ਹੈ, ਗੱਡੀ ਰੋਕ ਦੇ, ਹਾਂ ਹਾਂ। ਅੱਛਾ, ਉਹ ਕਹਿੰਦੇ ਮੈਂ ਗੱਡੀ ਮੈਂ ਨਹੀਂ ਰੋਕ ਸਕਦਾ। ਅੱਛਾ, ਅਗਰ ਚੰਗਾ ਰਿਹਾ ਹੁਣ ਫਿਰ ਆਉਣ ਦੇ, ਹੁਣ ਨਾ ਰੋਕੀ, ਹਾਂ, ਉਹਨੇ ਉੱਧਰ ਵੀ ਮਸ਼ੀਨ ਲਾ ਦੂ, ਉਹ ਮਸ਼ੀਨ ਲਾ। ਅੱਛਾ, ਤੇ ਗੱਡੀਆਂ ਵਾਲੇ ਦੇਖਦੇ ਨਾ ਦੂਰਬੀਨ ਲਾ ਕੇ, ਹਾਂ ਹਾਂ, ਹੈਂ, ਫਿਰ ਗੱਡੀ ਖੜੀ ਕੀਤੀ ਉਹਨੇ। ਅੱਛਾ, ਉਹ ਇਹ ਭੈਣ ਚੋਦ ਹੁਣ ਗੱਡੀ ਨੂੰ ਖੜੀ ਕੀਤੀ ਆ ਚੋਰ ਗੱਡੀ, ਹਾਂ ਹਾਂ, ਚੰਗੀ ਪਤਾ ਇੰਨੇ ਬੰਦਗੀਆਂ ਜਾਂਦੀ ਲੰਘ ਪਈ ਆ, ਤਬਾਹ ਕਰਦਾ ਤੂੰ, ਹਾਂ ਹਾਂ, ਇੱਦਾਂ ਕਰਕੇ ਅਸੀਂ ਵੇਖ ਪੈਂਦੇ ਮੀਆਂ। ਇਹ ਸ਼ਫਕਤ ਰਸੂਲ ਤੁਹਾਡੇ ਪਿੰਡ ਦਾ ਹੀ ਸੀਗਾ? ਸਾਡੇ ਪਿੰਡ ਦਾ, ਕੋਟ ਸਦਰ ਖਾਨ ਦਾ, ਕੋਟ ਸਦਰ ਖਾਨ ਦਾ, ਠੀਕ। ਇੱਥੇ ਆ ਕੇ ਫੌਤ ਹੋਇਆ ਫਿਰ ਪੱਖਾ? ਇੱਥੇ ਫੌਤ ਹੋਇਆ ਸੰਤਾਲੀ ਚੱਕ, ਉਹਦੀ ਔਲਾਦ ਬੈਠੀ ਹੋਣੀ ਇੱਥੇ, ਔਲਾਦ ਬੈਠੀ ਆ, ਚੌਧਰੀ ਸਾਧ ਸੁਣਿਆ ਹੋਊਗਾ? ਨਹੀਂ, ਮੈਂ ਘੱਟ ਬਹੁਤ ਮਸ਼ਹੂਰ ਆਦਮੀ, ਸੋਰੀ ਗੱਲ, ਅੱਛਾ, ਨਵਾਣੀਆਂ ਸ਼ਵਾਣੀਆਂ ਸਾਹਮਣੇ ਗੱਲ ਨਹੀਂ ਸੀ ਕਰਦੇ, ਠੀਕ ਠੀਕ ਆ, ਹਾਂ, ਨਵਾਣੀ ਨਵੂਣੀ ਹੈਗੀ ਨਹੀਂ ਮਿਲਦਾ, ਹਾਂ ਹਾਂ, ਉਹਨੇ ਜੂਦੀਆਂ ਸਾਹਮਣੇ ਗੱਲ ਕਰ ਜਾਣ, ਮਤਲਬ ਚੰਗਾ ਵਾਲਾ ਬੰਦਾ ਸੀ, ਗੱਲ ਵਾਲਾ ਬੰਦਾ ਸੀ, ਹਾਂ, ਜੋ ਪਿਓ ਪੁੱਤ ਚੱਲ ਵਾਲੇ ਬੰਦੇ ਸੀ। ਤੇ ਤੁਹਾਡੇ ਅੱਬਾ ਜੀ ਜਿਹੜੇ ਸੀ ਉਹ ਫਿਰ ਯਾਦ ਕਰਦੇ ਰਹੇ ਆਪਣੇ ਪਿੰਡ ਨੂੰ ਇੱਥੇ ਆ ਕੇ? ਹੈਂ, ਜਦੋਂ ਆ ਗਏ ਪਾਕਿਸਤਾਨ 'ਚ ਆਪਣੇ ਪਿੰਡ ਯਾਰ ਕਿਹੜਾ ਨਹੀਂ ਯਾਦ ਕਰਨਾ, ਮੈਂ ਯਾਦ ਕਰਦਾ, ਤੁਸੀਂ ਵੀ ਕਰਦੇ, ਅੱਜ ਦਿਲ ਕਰਦਾ ਵੀ ਆ ਕੇ ਵੇਖੀਏ,
ਰੁਕਾਵਟਾਂ ਬੜੀਆਂ ਕਿਵੇਂ ਜਾਈਏ ਹੁਣ? ਅੱਛਾ ਬਦਲ ਬੁਦਲ ਗਏ ਹੋਣੇ ਆ, ਪਿੰਡ ਬਦਲ ਗਏ ਹੋਣੇ ਆ, ਸਮਝਾਈ ਨਾ? ਦਿਲ ਓਦਾਂ ਬੜਾ ਕਰਦਾ, ਦਿਲ ਤਾਂ ਕਰਦਾ ਜੀ। ਜੇ ਤੁਸੀਂ ਜਾਓ ਇੱਥੋਂ ਤਾਂ ਪਹੁੰਚ ਜਾਓਗੇ ਆਪਣੇ ਪਿੰਡ, ਪਹੁੰਚ ਜਾਓਗੇ ਇੱਥੋਂ? ਉਹ ਸ਼ਾਮ ਨੇ ਪਹੁੰਚਣਾ ਹੁਣ, ਹਾਂ ਹਾਂ, ਉਹ ਗੱਲਾਂ ਬਾਤ ਦੱਸਦੇ ਪਹੁੰਚਾਂਗੇ। ਹੁਣ ਕਹਾਂਗੇ ਕਿਹੜੀ ਗੱਲ ਹੁਣ ਤੇ ਮੈਂ ਦੱਸਾਂ? ਹਾਂ ਅੱਛਾ, ਇਹ ਚੌਵੀ ਸਫ਼ਰ ਸੂਲ ਜਿਹੜਾ ਸੀ ਨਾ, ਹਾਂ, ਇਹ ਪਿੱਛੇ ਜਨਾਨੀਆਂ ਫੜ ਕੇ ਢੱਕੀਆਂ ਸੀ, ਜਵਾਨੇ ਲੜਕੀਆਂ ਫੜ ਕੇ ਜਵਾਨਾਂ ਢੱਕੀਆਂ ਹੋਈਆਂ ਸੀ ਮੁਸਲਮਾਨਾਂ ਦੀਆਂ। ਕਿੱਥੇ ਕਿੱਥੇ ਦੀ ਗੱਲ ਹੈ? ਸਾਡੇ ਪਿੰਡ ਹੀ। ਅੱਛਾ ਅੱਛਾ, ਇਹਨੂੰ ਪਤਾ ਲੱਗਾ? ਹਾਂ, ਇਹਦੇ ਸੀ ਪਤਾ ਲੱਗਾ, ਇਸ ਵਾਸਤੇ ਮਿਲਟਰੀ ਲੈ ਕੇ ਗਿਆ ਜੀ ਬੰਦੇ, ਇੱਥੋਂ ਮਿਲਟਰੀ ਲੈ ਕੇ ਫਿਰ ਜਨਾਨੀਆਂ ਲੈ ਕੇ ਆਇਆ। ਹਾਂ, ਨੰਗਿਆ ਨਾ ਉੱਥੋਂ ਦੀ ਚਬਾਰਾ ਜਵਾਰਾ ਨੇ ਉੱਥੇ ਇਹਦੀ ਲੱਗੀਆਂ ਵੀ ਸੀ, ਦੋ ਚੌਰੀ ਸ਼ਫਕਤ ਰਸੂਲ ਦੀਆਂ ਲੜਕੀਆਂ ਵੀ ਸੀਗੀਆਂ। ਉਹ ਤਾਂ ਬੜੇ ਬੜੇ ਲੋਕਾਂ ਨਾਲ ਵੀ ਹੋਇਆ। ਅੱਛਾ, ਉਹ ਦੇਖਿਆ ਵੀ ਉਹ ਅੱਬਾ ਜਾਂਦਾ ਪਿਆ। ਹਾਂ ਹਾਂ, ਮਹਿੰਦੀ ਲੱਗੇ ਲਾਲ ਸਿਰ, ਲਾਲ ਮਹਿੰਦੀ ਲਾਲ ਸਿਰ ਹੈ, ਪਛਾਣਿਆ ਨਾ ਪਿਓ, ਹੈ ਉਹ ਅੱਬਾ 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 ਕਰਨ ਲੱਗ ਪਿਆ। ਫਿਰ ਉਹ ਪਿਓ ਉਹ ਗੱਡੀ ਖੜੀਆਂ ਕੀਤੀਆਂ, ਵੇਖ ਕੇ ਲਾਇਆ, ਸਾਰੀ ਬੱਚੀਆਂ ਲਾਈਆਂ, ਅੱਛਾ, ਗੱਡੀ ਚ ਪਾ ਲਈਆਂ, ਹਾਂ ਹਾਂ, ਪਾ ਕੇ ਲਾਹੌਰ ਪਹੁੰਚਾਈਆਂ। ਅੱਛਾ, ਜਿੱਥੇ ਜਿੱਥੇ ਹੈਗਾ ਜੱਜੀਆਂ, ਆਪਣੀਆਂ ਬੇਟੀਆਂ ਵੀ ਲੈ ਆਉਂਦੀਆਂ, ਹਜੇ ਜੀਂਦੀਆਂ? ਹਾਂ, ਮਰ ਗਈਆਂ, ਸਾਰੀ ਮਰ ਗਿਆ, ਉਹ ਇੱਕ ਦੋ ਜੀਂਦੇ ਨੇ। ਯਾਨੀ ਉਹ ਸਾਧਕ ਉਹਦਾ ਬੇਟਾ ਸੀ, ਬੇਟਾ ਸੀ ਉਹਦਾ, ਉਹ ਵੀ ਫੌਤ, ਉਹ ਬੜਾ ਸੀ ਬੇਟੀਆਂ ਤੋਂ ਛੋਟਾ ਸੀ? ਉਹ ਵੱਡਾ ਹੀ ਸੀਗਾ ਤੇ ਕੋਈ ਛੋਟਾ ਵੀ ਸੀ। ਅੱਛਾ ਅੱਛਾ, ਹਾਂ, ਫਿਰ ਉਹ ਇੱਥੇ ਆ ਕੇ ਫਿਰ ਮਤਲਬ ਰਹੀਆਂ, ਜਿੰਦਾ ਰਹੀਆਂ। ਬਹੁਤ ਲੋਕਾਂ ਦੀਆਂ ਜਨਾਨੀਆਂ ਨੂੰ ਔਰਤ ਬੜੀ ਬੇਬਸ ਸੀ ਉਹਦਾ, ਸੀਗੇ ਫਿਰ ਆ ਗਈਆਂ। ਅਸੀਂ ਫਿਰ ਤੁਰਦੇ ਤੁਰਦੇ ਅਸੀਂ ਨਾ, ਸਾਨੂੰ ਦੋ ਮਹੀਨੇ ਲੱਗ ਗਏ। ਅੱਛਾ, ਅਸੀਂ ਉਹ ਕਸੂਰ ਕਸੂਰ ਵਾਲਾ ਜਿਹੜਾ ਬਾਰਡਰ, ਗੰਡਾ ਸਿੰਘ, ਗੰਡਾ ਸਿੰਘ ਲੰਘੇ ਲੰਘੇ ਉੱਥੇ ਅੱਠਵੋਂ ਚੌਥਾ, ਉੱਥੇ ਆਟਾ ਤਕਸੀਮ ਹੁੰਦਾ ਸੀਗਾ। ਅੱਛਾ, ਉਹ ਆਟਾ ਬਰੋਟੀਆਂ ਖਾਧੀਆਂ, ਚਟਨੀ ਚੁਟਨੀ ਬਣਾ ਕੇ ਆ ਗਏ। ਫਿਰ ਸ਼ਾਮ ਨੂੰ ਫਿਰ ਅਸੀਂ ਗੱਡੀਆਂ 'ਚ ਬੈਠੇ, ਕੋਈ ਆ ਤੁਰ ਗਿਆ, ਕੋਈ ਆ ਤੁਰ ਗਿਆ, ਕੋਈ ਐਂ ਤੁਰ ਗਿਆ, ਅਸੀਂ ਵੀ ਗੱਡੀ ਬਹਿ ਗਏ, ਅੱਠ ਵਾਲੇ ਦੀ ਗੱਡੀ ਬੈਠੇ। ਉਸ ਕਸੂਰੋਂ ਗੱਡੀ ਆਉਂਦੀ, ਅੱਠ ਆਉਂਦੀ ਨਾ ਗੱਡੀ, ਗੱਡੀ ਅੱਠ ਪੁੱਤਰੇ ਅਸੀਂ, ਅੱਛਾ, ਅੱਠ ਪੁੱਤਰੇ ਕੋਲ ਉੱਥੇ ਸਰਕਾਰ ਮੇਰੀਆਂ ਗੱਡੀਆਂ ਸੀ, ਅਸੀਂ ਆਏ ਤੁਰ ਪਏ, ਗੱਡੇ ਆਏ ਸੀਗੇ ਲੋਕਾਂ ਦੀ, ਜਿਹੜੇ ਇੱਧਰ ਤੇ ਰਹਿੰਦੇ ਸੀ ਲੋਕੀ, ਪਨਾਹ ਗੀਰ ਮਾਜਰ ਆਏ, ਉਹਨਾਂ ਲਿਆਓ ਬਾਈ। ਔਰ ਸਕੂਲ ਤੇ ਕੱਟਾ ਬੱਚਾ ਕੀਤਾ ਸੀਗਾ, 47 ਤੱਕ ਸਕੂਲ ਤੇ ਕੀਤਾ ਸੀ, ਕੱਟਾ ਬੱਚਾ ਰੋਟੀਆਂ ਰਾਟੀਆਂ ਪੱਟਣ ਪਈਆਂ ਗੱਡੀਆਂ ਦਾ ਲਾ ਦਿੱਤਾ। ਫਿਰ ਲਈਏ, ਫਿਰ ਕਦੋਂ ਆਏ? ਲਈਏ ਤੈਨੂੰ ਦੱਸਦਾ, ਲਈਏ ਫਿਰ ਲਈਏ ਫਿਰ ਇੱਥੇ ਆ ਕੇ। ਫਿਰ ਸਾਡੀ ਫੁੱਫੜ ਜੇ ਰਹਿੰਦੀ ਸੀਗੀ, ਅੱਛਾ, ਆਰਮ ਵਾਲੇ ਪਹਿਲੇ ਫੁੱਫੜ ਸਾਡਾ ਆਇਆ ਸੀ, ਹੁਣ ਪਤਾ ਲੱਗਾ, ਪਹਿਲੇ ਸਾਨੂੰ ਕਹਿ ਰਿਹਾ ਸੀ ਤੁਸੀਂ ਆ ਜਾਓ ਉੱਥੇ ਚਲੇ ਜਾਓ, ਇਹ ਹਿੰਦੁਸਤਾਨ ਆ, ਇਹ ਤੁਹਾਨੂੰ ਉੱਠਣਾ ਪੈਣਾ, ਅਸੀਂ ਨਾ ਉੱਠੇ ਘਰ ਕੌਣ ਛੱਡਦਾ ਯਾਰ, ਕਿਹੜੀ ਘਰ ਦੇ ਕੀੜੇ ਮਕੌੜੇ ਨੀ ਜਾਂਦੇ, ਘਰ ਕੀੜੇ ਮਕੌੜੇ ਨੀ, ਬਸ ਅਸੀਂ ਮੈਂ ਕਿਹਾ ਹੁਣ ਫਿਰ ਆ ਗਏ। ਉਹ ਸਾਨੂੰ ਲੈ ਗਿਆ ਪਿੰਡ ਆ ਗਿਆ, ਉੱਥੇ ਅਸੀਂ ਨਾ ਰਹਿ ਗਏ ਸਾਲ ਸੁਭਾਈ ਰਹਿ, ਹੈਂ, ਅੱਛਾ, ਸਾਲ ਸੁਭਾਈ ਵਾਗ ਸਾਹਿਬ ਸਾਡਾ ਫਿਰ ਲੱਗਾ ਸਾਹੀਵਾਲ, ਸਾਹੀਵਾਲ ਨੌਕਰੀ ਤੇ ਆ ਨੌਕਰੀ ਆ ਲੱਗਾ, ਉਹ ਫਿਰ ਪਿਛਲੀ ਨੌਕਰੀ ਉਹੀ ਨਾ ਸਰੀਰ ਉਹੀ ਬਹਾਲ ਹੋ ਗਈ, ਬਹਾਲ ਹੋ ਗਈ, ਅਤੇ ਉਹ ਅਸੀਂ ਵੀ ਕਿਤੇ ਉਸ ਪਿੰਡ ਚਲੇ ਜਾਈਏ, ਕਿਤੇ ਉਸ ਪਿੰਡ ਚਲੇ ਜਾਈਏ, ਮਹੀਨਾ ਦੋ ਗੱਡੀ ਮਹੀਨੇ ਦੋ ਬੜਾ ਸਕੂਲ 'ਚ, ਹਾਂ ਹਾਂ ਹਾਂ, ਅਤੇ ਤੁਰੇ ਫਿਰਦੇ ਰਹਿ ਸਾਲ ਬਾਅਦ ਤੁਰੇ ਫਿਰਦੇ ਰਹਿ, ਫਿਰ ਅਸੀਂ ਫਿਰ ਸਾਹੀਵਾਲ ਚਲੇ ਗਏ, ਉੱਥੇ ਵੀ ਸ਼ੁਰੂ ਹੋਏ ਕੰਮ। ਫਿਰ ਪੜ੍ਹਿਆ ਤੁਸੀਂ ਉੱਥੇ? ਹਾਂ, ਉੱਥੇ ਪੜ੍ਹ ਲੱਗ ਪਏ। ਕਿੰਨੀਆਂ ਜਮਾਤਾਂ? ਹਾਂ, ਮੈਂ ਮਿਡਲ ਕੀਤਾ ਸੀ ਉਦੋਂ, ਮਿਡਲ ਸਾਹੀਵਾਲ, ਸਾਹੀਵਾਲ, ਅਤੇ ਗਫੂਰ ਸਾਹਿਬ ਤੁਹਾਡੇ ਜਿਹੜੇ ਮਾਸਟਰ ਗਫੂਰ ਸਾਹਿਬ ਭਰਾ ਤੁਹਾਡੇ, ਇਹ ਸਾਡੇ 52 ਦੀ ਪੈਦਾਇਸ਼ ਹੈ, ਇਹਦੀ 52 ਦੀ, ਉੱਥੇ ਦੀ ਸਾਹੀਵਾਲ ਦੀ ਜਾਂ ਆਰਫ ਵਾਲੇ ਦੀ? ਸਾਹੀਵਾਲ ਦੀ, ਇਹ ਮੇਰੇ ਦੋਸਤ ਹੈ ਗਫੂਰ ਸਾਹਿਬ, ਹੈਡ ਮਾਸਟਰ ਹੈ, ਮੈਂ ਸ਼ੁਰੂ ਸ਼ੁਰੂ ਚ ਨੌਕਰੀ ਕੀਤੀ ਨਾ, ਅੱਛਾ, ਮਾਸਟਰ ਲੱਗਿਆ, ਤੇ ਇਹ ਫਿਰ ਮੇਰੇ ਹੈਡ ਮਾਸਟਰ ਸੀ, ਅੱਛਾ, ਮੇਰੀ ਸੀਗੀ 200 ਆਪਣਾ 22 ਨੂਰ
ਨੂਰ ਜੱਗ ਵਾਲਾ ਨੂਰ ਖਸਰਾਣਾ ਨੂਰ ਖਸਰਾਣੇ ਮਤਲਬ ਨੂਰ ਖਸਰਾਣੇ ਵਾਲਾ ਉੱਥੇ ਮੇਰੀ ਨੌਕਰੀ ਲੱਗੀ ਸੀ ਅੱਛਾ ਨੂਰ ਖਸਰਾਣ ਮਰ ਗਿਆ ਵਿਆਹ ਹੈਗਾ ਹਾਂ ਚੰਗੇ ਬੰਦੇ ਸੀ ਤੇ ਉਹ ਫਿਰ ਮੇਰਾ ਸੈਂਟਰ ਸੀ 217 ਅੱਛਾ ਉਹਨਾਂ ਕੋਲ ਫਿਰ ਬੜਾ ਆਉਣਾ ਜਾਣਾ ਸੀ ਸਾਡਾ ਤੁਹਾਡੇ ਪਿੰਡ ਚ ਫਿਰ ਛੇਤੀ ਮੇਰਾ ਤਬਾਦਲਾ ਹੋ ਗਿਆ ਸੀ ਪਿੰਡ ਚ ਉਹਨਾਂ ਫਿਰ ਕੀ ਗੱਲ ਕਰਦਾ ਸੀ ਮੈਂ ਉੱਥੇ ਯਾਰ ਅੱਛਾ ਇੱਥੇ ਲਈ ਆਉਣ ਦੀ ਗੱਲ ਅੱਛਾ ਉਹ ਫਿਰ ਨਾ ਅਸੀਂ ਨਾ ਉਹ ਬਸ ਵਕਤ ਦੀ ਗੱਲ ਆ ਉਹ ਫਿਰ ਸਾਹੀਵਾਲ ਆ ਗਿਆ ਸੀ ਇੱਥੇ ਫਿਰ ਸੰਨ 52 ਜੀ ਫਿਰ ਪੈਸੇ ਸਾਨੂੰ ਮਿਲੀ ਇਹ ਤੁਸੀਂ ਫਿਰ ਛੇਤੀ ਆ ਗਏ ਉਹ ਵਧੀਆ ਫਿਰ ਉਹ ਫਿਰ ਇੱਥੇ ਪਹਿਲਾਂ ਇੱਕ ਭਰਾ ਨੂੰ ਸਾਡੇ ਚਾਚੇ ਨੂੰ ਭਾ ਗਿਆ ਅੰਬਾ ਸਾਡਾ ਛੱਡ ਗਿਆ ਉਹ ਫਿਰ ਚਲਾ ਗਿਆ ਢੱਗੇ ਢੁੱਗੇ ਵੇਚੇ ਲੈ ਕੇ ਚਲਾ ਗਿਆ ਫਿਰ ਦੂਜੇ ਨੇ ਛੱਡ ਗਿਆ ਉਹ ਫਿਰ ਚਿਜਿਆ ਕੁਛ 2 ਸਾਲ ਫਿਰ 56 ਚ ਅਸੀਂ ਆਏ 56 ਚ ਆਏ ਅੱਛਾ ਇਹ ਦੱਸੋ ਤੁਹਾਡੇ ਪਿੰਡ ਕੋਟ ਸਦਰ ਖਾਨ ਦੇ ਬੰਦੇ ਕਿੱਥੇ ਬਹੁਤੇ ਬੈਠੇ ਹੁਣ ਤੁਹਾਡੇ ਹੈਂ ਬਹੁਤੇ ਪਿੰਡ ਦੇ ਬੰਦੇ ਕਿੱਥੇ ਖੇਡਦੇ ਮੈਂ ਜਹਾਨ ਖਾਨ ਦਾ ਕੋਈ ਬੈਠੇ ਨੀ ਜਹਾਨ ਖਾਨ ਦੇ ਨਾਲ ਹਾਂ ਇਹ 47 ਚ 47 ਚ ਕੁਛ ਬੈਠੇ ਕੁਛ 48 ਚ ਬੈਠੇ ਕੁਛ 46 ਚ ਬੈਠੇ ਆ ਇਹ 46-47 ਐਮ ਐਲ ਹੈ ਨਾ ਇਹ ਹੈਗੇ ਆ ਜਿਹੜੀ ਸਰਾਏ ਕ੍ਰਿਸ਼ਨਾ ਕਹਿੰਦੇ ਸਰਾਏ ਕ੍ਰਿਸ਼ਨਾ ਪਾਸੇ ਜਾਣ ਖਾਂ ਇਹ ਸਰਾਏ ਕ੍ਰਿਸ਼ਨਾ ਹੈਗੀ ਫਤਿਹਪੁਰ ਤੋਂ ਜਾਓ ਅੱਗੇ ਸਰਾਏ ਕ੍ਰਿਸ਼ਨਾ ਦੁੱਲੇ ਵਾਲੀ ਫੇਰ ਕੋਈ ਬੰਦਾ ਤੁਹਾਡਾ ਪਿੰਡ ਗਿਆ ਨੀ ਪਿੱਛੇ ਕੋਟ ਸਦਰ ਖਾਨ ਤੁਹਾਡੇ ਚੋਂ ਕੋਈ ਬੰਦਾ ਖਬਰ ਖੁਬਰ ਆਪਣੀ ਪਿੰਡ ਨੂੰ ਜਾਣ ਕਿੱਥੇ ਜਾ ਹੋਇਆ ਕੋਈ ਚਾਹਤ ਨਹੀਂ ਸੁਰਤ ਮਾਰੀ ਗਏ ਬੰਦੇ ਤੈਨੂੰ ਪਤਾ ਬੰਦੇ ਦੇਖੋ ਵੀ ਕਿੱਥੇ ਦੇ ਲੋਕ ਕਿੱਥੇ ਫਿਰੋਜ਼ਪੁਰ ਜ਼ੀਰਾ ਤੇ ਕੋਟ ਸਦਰ ਖਾਨ ਕਿੱਥੇ ਆਰਫ ਵਾਲਾ ਫਿਰ ਸਾਹੀਵਾਲ ਫਿਰ ਤੁਸੀਂ ਥਲਾਂ ਚ ਆ ਗਏ ਇਹ ਰੋਲ ਖੋਲਣ ਵਾਲੀ ਗੱਲ ਆ ਫਿਰ ਅਜਾੜੇ ਹੀ ਹੋਏ ਅਜਾੜੇ ਹੋ ਗਏ ਹੋਰ ਅਜਾੜੇ ਕਿਹਨੂੰ ਕਹਿੰਦੇ ਇਹ ਫਿਰ ਚੰਗੇ ਰਹਿ ਗਏ ਤੁਸੀਂ ਪਾਕਿਸਤਾਨ ਚ ਆ ਕੇ ਜਾਂ ਆਪਣੇ ਪਿੰਡ ਚ ਚੰਗੇ ਸੀ ਹੁਣ ਦਿਲ ਦੀ ਗੱਲ ਦੱਸਿਓ ਦਿਲ ਦੀ ਗੱਲ ਹਾਂ ਦਿਲ ਦੀ ਗੱਲ ਉਹ ਵੀ ਇਲਾਕਾ ਚੰਗਾ ਸੀਗਾ ਬੈਠੇ ਸੀ ਪਿਓ ਦਾਦੇ ਤੋਂ ਪਿਓ ਕਈ ਦਾਦਿਆਂ ਪੜਦਾਦਿਆਂ ਦੀਆਂ ਵੀ ਕਬਰਾਂ ਰਕਬਾ ਸਾਡੇ ਪੜਦਾਦੇ ਦਾ ਰਕਬਾ ਬਹੁਤ ਸੀਗਾ ਅੱਛਾ ਅੱਲਾ ਦਾ ਵਲੀ ਹੋਇਆ ਬਹੁਤ ਬਜ਼ੁਰਗ ਹੋਇਆ ਸਾਡਾ ਕੀ ਨਾਂ ਸੀ ਉਹਨਾਂ ਦਾ ਬਾਬਾ ਰੋਡੇ ਸ਼ਾਹ ਰੋਡੇ ਸ਼ਾਹ ਉਹ ਮੇਲਾ ਲੱਗਦਾ ਤਾਂ ਬਹੁਤ ਉਹ ਤੁਹਾਡੇ ਪਿੰਡ ਚ ਮੇਲਾ ਲੱਗਦਾ ਸਾਡਾ ਬਾਬਾ ਅਗਾਂਹ ਚੱਲਿਆ ਸੀ ਪਤਾ ਨੀ ਕਿੱਥੇ ਕਿਹੜੀ ਜਗ੍ਹਾ ਤੇ ਲੈ ਕੇ ਲਾ ਲਿਆ ਮੇਰਾ ਬੱਚਾ ਗਿਆ ਸੀ ਸਾਊਦੀਆ ਅੱਛਾ ਦੁਬਈ ਅੱਛਾ ਉੱਥੇ ਉੱਥੋਂ ਦੇ ਬੰਦੇ ਸੀ ਨਾ ਆਏ ਕੰਮ ਕਾਰ ਕਰਦੇ ਸੀ ਕੋਟ ਸਦਰ ਖਾਨ ਦੇ ਉਹ ਗੱਲ ਕਰਦੇ ਸੀਗੇ ਹਿੰਦੂ ਯਾਰ ਅਸੀਂ ਜਾਣਾ ਹੈਗਾ ਛੁੱਟੀ ਲੈਣੀ ਆ ਉੱਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਜਾ ਕੇ ਲੰਗਰ ਵਰਤਾਉਣਾ ਉਹ ਬੰਦਿਆਂ ਨੇ ਏਦਾਂ ਗੱਲ ਕੀਤੀ ਮੁੰਡੇ ਨੇ ਗੱਲ ਕੀਤੀ ਮੇਰੇ ਕੋਲ ਮੈਂ ਕਿਹਾ ਹਾਂ ਪੁੱਤ ਬਾਬਾ ਰੋਡੇ ਸ਼ਾਹ ਸਾਡੇ ਦਾਦੇ ਦਾ ਦਾਦਾ ਸੀ ਮੇਰਾ ਬੱਚਾ ਗਿਆ ਸੀ ਸਾਊਦੀਆ ਅੱਛਾ ਦੁਬਈ ਅੱਛਾ ਉੱਥੇ ਉੱਥੋਂ ਦੇ ਬੰਦੇ ਸੀ ਨਾ ਆਏ ਕੰਮ ਕਾਰ ਕਰਦੇ ਸੀ ਕੋਟ ਸਦਰ ਖਾਨ ਦੇ ਉਹ ਗੱਲ ਕਰਦੇ ਸੀਗੇ ਹਿੰਦੂ ਇੱਕ ਯਾਰ ਅਸੀਂ ਜਾਣਾ ਹੈਗਾ ਛੁੱਟੀ ਲੈਣੀ ਆ ਉੱਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਜਾ ਕੇ ਲੰਗਰ ਵਰਤਾਉਣਾ ਉਹ ਬੰਦਿਆਂ ਨੇ ਏਦਾਂ ਗੱਲ ਕੀਤੀ ਮੁੰਡੇ ਨੇ ਗੱਲ ਕੀਤੀ ਮੇਰੇ ਕੋਲ ਮੈਂ ਕਿਹਾ ਹਾਂ ਪੁੱਤ ਬਾਬਾ ਰੋਡੇ ਸ਼ਾਹ ਸਾਡੇ ਦਾਦੇ ਦਾ ਦਾਦਾ ਸੀ ਮੇਰਾ ਬੱਚਾ ਗਿਆ ਸੀ ਸਾਊਦੀਆ ਅੱਛਾ ਦੁਬਈ ਅੱਛਾ ਉੱਥੇ ਉੱਥੋਂ ਦੇ ਬੰਦੇ ਸੀ ਨਾ ਆਏ ਕੰਮ ਕਾਰ ਕਰਦੇ ਸੀ ਕੋਟ ਸਦਰ ਖਾਨ ਦੇ ਉਹ ਗੱਲ ਕਰਦੇ ਸੀਗੇ ਹਿੰਦੂ ਇੱਕ ਯਾਰ ਅਸੀਂ ਜਾਣਾ ਹੈਗਾ ਛੁੱਟੀ ਲੈਣੀ ਆ ਉੱਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਜਾ ਕੇ ਲੰਗਰ ਵਰਤਾਉਣਾ ਉਹ ਬੰਦਿਆਂ ਨੇ ਏਦਾਂ ਗੱਲ ਕੀਤੀ ਮੁੰਡੇ ਨੇ ਗੱਲ ਕੀਤੀ ਮੇਰੇ ਕੋਲ ਮੈਂ ਕਿਹਾ ਹਾਂ ਪੁੱਤ ਬਾਬਾ ਰੋਡੇ ਸ਼ਾਹ ਸਾਡੇ ਦਾਦੇ ਦਾ ਦਾਦਾ ਸੀ ਤੇ ਹੁਣ ਉਹ ਪੁੱਛਣਾ ਸੀ ਕਿਹੜੀ ਜਗ੍ਹਾ ਤੇ ਉਹਦਾ ਦਰਬਾਰ ਹੈ ਉਹ ਮੈਂ ਪੁੱਛ ਨੀ ਸਕਿਆ ਨਾ ਮੁੜ ਕੇ ਗਿਆ ਇਹਦਾ ਲੱਗ ਜੂ ਪਤਾ ਜੀ ਇਹ ਲੱਗ ਜੂ ਪਤਾ ਅਸੀਂ ਜਿਹੜੀ ਗੱਲ ਕਰਦੇ ਪਏ ਆ ਨਾ ਇਹ ਸਮਝੋ ਪਤਾ ਲੱਗ ਗਿਆ ਅੱਛਾ ਇਹ ਤੁਹਾਡੀ ਗੱਲ ਉਹਨਾਂ ਨੇ ਸੁਣ ਲੈਣੀ ਹੈ ਅੱਛਾ ਹਾਂ ਕੋਟ ਸਦਰ ਦੀ ਸਦਰ ਖਾਨ ਵਾਲਿਆਂ ਨੇ ਵੀ
ਜਿੱਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਹੁੰਦਾ ਉਹਨਾਂ ਨੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਤੁਹਾਡੇ ਦਾਦੇ ਦਾ ਦਾਦਾ ਸੀ ਤੇ ਕਈਆਂ ਲੋਕਾਂ ਨੇ ਫਿਰ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਦੇਖੋ ਵੀ ਕਿੱਥੇ ਦੁਬਈ ਇਹ ਦਸਕੋਟ ਸਦਰ ਖਾਨ ਦੀਆਂ ਜੰਮਪਲ ਜਿਹੜੇ ਸੀ ਉਹਨਾਂ ਦੀ ਔਲਾਦ ਚੋਂ ਬੱਚਾ ਗਿਆ ਦੁਬਈ, ਉਧਰੋਂ ਹਿੰਦੂ ਸਿੱਖ ਆਏ ਹਿੰਦੁਸਤਾਨ ਚੋਂ ਦੁਬਈ, ਤੇ ਰੱਬ ਕਿੱਥੇ ਬੰਦੇ ਮਿਲਾਉਂਦਾ ਮਿਲਾਉਂਦਾ, ਕਿੱਥੇ ਬਾਬੇ ਦਾ ਨਾਮ ਗੂੰਜਿਆ ਪਹੁੰਚਿਆ। ਉਹ ਮੁੰਡਾ ਕਹਿਣ ਲੱਗਾ, ਮੁੰਡਾ ਸੀ ਉਹ ਵੀ ਜਵਾਕ ਕੰਮ ਕਰਦਾ ਇੱਥੇ, ਕੰਮ ਕਰਦੇ ਨੇ ਦੁਬਈ, ਉਹ ਯਾਰ ਅਸੀਂ ਜਾਣਾ ਮੇਲਾ, ਜਾ ਕੇ ਲੰਗਰ ਵਰਤਾਉਣਾ। ਉਹ ਮੈਂ ਆ ਗਿਆ ਪੁੱਛੋ, ਉਹ ਸਾਡੇ ਦਾਦੇ ਦਾ ਵੀ ਦਾਦਾ ਸੀ ਬਾਬਾ ਰੋਡੇ ਸ਼ਾਹ, ਬੜੀ ਕਰਨੇ ਵਾਲੇ ਸੀ, ਇੱਥੇ ਬੈਠੇ ਹੈ ਨਾ, ਚੱਟ ਨੂੰ ਦੇਖਣਾ ਹੈ ਨੀ, ਉਹ ਫਲਾਣੀ ਜਗ੍ਹਾ ਤੇ ਆ, ਉਹ ਗਾਇਬ ਹੋ ਜਾਂਦੇ ਸੀ। ਕਿਆ ਬਾਤ ਹੈ, ਸਾਡੇ ਪਿੰਡ ਚੋਂ ਸ਼ਾਦੀ ਸੀ ਕਿਸੇ ਦੀ ਸ਼ਾਦੀ, ਹੁਣ ਮੈਂ ਤੈਨੂੰ ਗੱਲਾਂ ਸੁਣਾਵਾਂ। ਕਹਿਣ ਲੱਗੇ ਅਸੀਂ ਫਲਾਣੇ ਪਿੰਡ ਜਾਣਾ ਵਿਆਹ, ਅੱਛਾ ਅਸੀਂ ਬਾਬੇ ਨੂੰ ਮਿਲਣਾ, ਬਾਬਾ ਕਿੱਥੇ ਲੱਭੇ, ਅੱਛਾ ਉਹ ਕਿਹਾ ਬਾਬਾ ਜੰਗਲ ਚ ਹੋਊਗਾ, ਅੱਛਾ ਬਾਬਾ ਇੱਥੇ ਕਿਤੇ ਜੰਗਲ ਚ ਹੋਊਗਾ, ਉਹ ਫਿਰਦੇ ਫਿਰਦੇ ਬਾਬੇ ਨੂੰ ਲੱਭ ਲਿਆ, ਅੱਛਾ ਬਾਬਾ ਅਸੀਂ ਜਾਣਾ ਅਗੇ ਵਿਆਹ ਜਾਣਾ, ਤੈਨੂੰ ਨਾਲ ਲੈ ਕੇ ਜਾਣਾ, ਸਾਡੇ ਨਾਲ ਚੱਲਣਾ, ਵਿਆਹ ਕਿੱਦਾਂ ਲੱਗੇ, ਅਸੀਂ ਫਲਾਣਾ ਵਿਆਹ, ਚੰਗਾ ਮੈਂ ਉੱਥੇ ਹੋਊ ਪੱਤਣ ਤੇ, ਅੱਛਾ ਵਿਆਹ ਲੰਘਣਾ ਸੀ ਨਾ, ਪੱਤਣ ਤੇ ਹੋ ਜਦੋਂ ਗਏ ਨਾ ਬਰਾਤ ਲੈ ਕੇ, ਬਾਬਾ ਉੱਥੇ ਬੈਠਾ ਪੱਤਣ ਤੇ, ਅੱਛਾ ਬੰਦੇ ਆ ਜਾਣ ਤੇ ਫੇਰ ਮੈਂ ਲੈ ਜਾਵਾਂ ਨਾਲ, ਅੱਛਾ ਹੈ ਨਾਲ ਹੀ ਜਾਣਾ ਸੀਗਾ। ਉਹ ਕਹੇ ਬਈ ਤੁਸੀਂ ਕਾਕਾ ਪੁੱਤਰ ਬੈਠੇ ਆ ਤੇ ਤੁਸੀਂ ਤਿਆਰ ਹੋ ਚੱਲੀਏ, ਅੱਛਾ ਬੰਦਾ ਰਹਿ ਚ ਨੀ ਗਿਆ, ਨਹੀਂ ਬੰਦੇ ਸਾਰੇ ਆ ਗਏ ਆ, ਬਾਬਾ ਦੋ ਮਿੰਟ ਸਬਰ ਕਰੋ ਬੇੜੀ ਤੇ ਆ ਲਵੇ, ਅੱਛਾ ਬੇੜੀ ਚੱਲਦੀ ਸੀ ਨਾ, ਛੱਡ ਪਰੇ ਬੇੜੀ ਦੇਖਦੇ ਆ, ਚਲੋ ਪਰੇ, ਅੱਛਾ ਆਓ ਤੁਰੋ ਮਾਰਿਆ, ਅੱਛਾ ਖਰੋਜਾ ਵੀ ਦਿਲ ਤੁਮ ਵੀ ਖਰੋਜਾ ਇੱਧਰ, ਅੱਛਾ ਪਾਣੀ ਰਾਹ ਦਿੱਤਾ, ਬੰਦੇ ਪਾਰ ਹੋ ਗਏ, ਮੇਰੇ ਮਗਰ ਚਲੇ ਜਾਓ, ਪਾਰ ਹੋ ਗਏ ਬਾਬਾ ਰੋਡੇ ਸ਼ਾਹ, ਪਾਰ ਹੋ ਗਏ ਤੇ ਅੱਗੋ ਪਾਰ ਹੋ ਗਏ ਫਿਰ ਗਾਇਬ ਹੋ ਗਏ। ਅੱਛਾ ਸੱਯਦ ਉਹਦੇ ਸਾਹਮਣੇ ਨੀ ਸੀ ਬਹਿੰਦੇ ਬਾਬਾ ਰੋਡੇ ਸ਼ਾਹ ਦੇ, ਪਿੱਛੇ ਬਹਿੰਦੀ ਸੀ, ਪਿੱਛੇ ਬਹਿੰਦੀ ਸੀ ਬਈ, ਗੱਲ ਤਾਂ ਆਪਣੇ ਆਪਣੇ ਮੁਕਾਮ ਦੀ ਆ ਨਾ, ਮੁਕਾਮ ਦੀ ਇਹਨੂੰ ਵੱਧ ਮਿਲ ਗਈ, ਲੋਕ ਕਹਿੰਦੇ ਸੀ ਰਾਈ ਆ ਤੁਸੀਂ ਸੱਯਦ ਤੁਸੀਂ ਪਿੱਛੇ ਕਿਉਂ ਬਹਿੰਦੇ ਆ, ਅੱਛਾ ਕਹਿੰਦੇ ਸਾਡੀ ਇਲਮ ਚੋਂ ਪਾਰ, ਇਹ ਗੱਲ ਬੁੱਲੇ ਸ਼ਾਹ ਕਰ ਗਿਆ, ਬੁੱਲੇ ਸ਼ਾਹ ਨੇ ਜਦੋਂ ਕਿਹਾ ਨਾ ਕਿ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲਿਆ ਬੁੱਲਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ, ਬੁੱਲੇ ਦਾ ਮੁਰਸ਼ਦ ਜਿਹੜਾ ਸੀ ਪੀਰ ਰਾਈ ਸੀ, ਉਹ ਵੀ ਰਾਈ ਸੀ ਨਾਇਤ ਕਾਦਰੀ, ਅੱਛਾ ਛੱਡ ਦੇ ਬੁੱਲੇ, ਮੰਨ ਲਿਆ ਬੁੱਲਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ, ਆਲ ਨਬੀ ਔਲਾਦ ਅਲੀ ਨੂੰ ਤੂੰ ਕਿਉਂ ਲੀਕਾਂ ਲਾਈਆਂ, ਤੇ ਬੁੱਲਾ ਕਹਿੰਦਾ ਜਿਹੜਾ ਸਾਨੂੰ ਸੱਯਦ ਆਖੇ ਦੋ ਦੁੱਖ ਮਿਲੇ ਸਦਾਈਆਂ, ਜਿਹੜਾ ਸਾਨੂੰ ਰਾਈ ਆਖੇ ਬਿਸ਼ਤੀ ਪੀਂਘਾਂ ਪਾਈਆਂ। ਹੁਣ ਬੁੱਲਾ ਸੱਯਦ ਸੀ ਨਾ, ਉਹਨੂੰ ਰਾਈ ਚੋਂ ਕੁਛ ਨਜ਼ਰ ਆਇਆ ਤੇ ਉਹਨੇ ਭਾਈ ਕਿਹਾ ਨਾ ਮੁਰਸ਼ਦ, ਅੱਛਾ ਤੇ ਇਹਦੇ ਚ ਕੋਈ ਗੱਲ ਨੀ ਹੁੰਦੀ, ਰੱਬ ਜੀ ਨੂੰ ਦੇਵੇ ਦੇਣ ਨੂੰ ਦੇਵੇ, ਉਹ ਕਹਿੰਦੇ ਸੀਗੇ ਅਸੀਂ ਕਿਵੇਂ ਅੱਗੇ ਬਹੀਏ, ਇਹ ਸਾਡੇ ਇਲਮ ਤੋਂ ਬਾਹਰ ਆ। ਕਿਆ ਬਾਤ ਹੈ, ਕਿਆ ਬਾਤ, ਹੁਣ ਗੱਲ ਤੁਹਾਨੂੰ ਸੁਣਾ ਦਿੱਤੀ ਸੀ ਨਾ, ਇੱਥੇ ਤੁਸੀਂ ਵੇਖਦੇ ਚੱਲ ਨੂੰ ਕਹੋ ਉੱਥੇ ਮੁਲਤਾਨ ਪਹੁੰਚਿਆ, ਮੁਲਤਾਨ ਬੈਠਾ, ਦਰਿਆ ਨੂੰ ਰਾਹ, ਦਰਿਆ ਰਾਹ ਦਿੰਦਾ ਲੰਘਦਾ। ਅੱਛਾ ਇਹ ਦੱਸੋ ਵੀ ਸੁਣਿਆ ਵੀ ਉਹਦੀ ਜ਼ਮੀਨ ਵੀ ਬਾਬੇ ਰੋਡੇ ਸ਼ਾਹ ਦੀ ਬਹੁਤ ਸੀ, ਤੂੰ ਨੰਗਿਆ ਦੇ ਮੈਨੂੰ ਦੇ ਪੰਜਾਬ, ਕਿੰਨੀ ਕੁ ਜ਼ਮੀਨ ਸੀ ਉਹਨਾਂ ਦੀ, 8-9 ਏਕੜ ਲੰਬਾ ਹੈਗਾ, 8-9 ਏਕੜ ਸੁਣਿਆ ਜੀ ਮੈਂ, ਇੰਨੀ ਜ਼ਮੀਨ ਸੀ ਗਾਂ ਵੰਡ ਦਿੱਤੀ ਲੋਕਾਂ ਨੂੰ, ਜਿਹਨੇ ਪੁੱਛਿਆ ਉਹਨੇ ਦੇ ਦਿੱਤੀ, ਜਿਹਨੇ ਪੁੱਛਿਆ ਗੱਲਾਂ ਵੀ ਤੂੰ ਬਾਈ ਜਾ, ਉਹਨਾਂ ਨੂੰ ਇਹਦਾ ਨਾ ਗਰਜ਼ ਨਹੀਂ ਸੀ, ਝੱਗਾ ਚਾਹੀਦਾ ਆ ਲੱਗਦਾ ਦੇ ਦਿਓ, ਝੱਗਾ ਦੇ ਦਿਓ ਇਹਨੂੰ, ਪੀਰ ਮੀਰ ਸੀ ਨਾ ਉਹ ਦੇ ਦਿੰਦੇ ਸੀ, ਦੇ ਦਿੰਦੇ ਸੀ ਉਹਨਾਂ ਦੀ ਰੱਬ ਨਾਲ, ਉਹ ਨਾ ਨੀ ਚੜੀ ਕਿਸੇ ਦੇ, ਨਾ ਨੀ ਚੜੀ, ਅੱਛਾ ਨਾ ਤੇ ਉਸੇ ਦੀ ਸੀ ਨਾ, ਅੱਛਾ ਨਾ ਨੀ ਚੜੀ, ਨਾ ਐਵੇਂ ਦਿੱਤੀ ਰੱਖਣੀ, ਐਵੇਂ ਦਿੱਤੀ ਰੱਖਣੀ, ਫਿਰ ਤੁਹਾਨੂੰ ਕੋਈ ਪਏ ਅੱਗੇ ਕਲੇਮ ਸਲੇਮ, ਸਾਨੂੰ ਕੋਈ ਨੀ ਪਏ, ਚਲੋ ਸੀ ਨਾ ਉਹ ਕਲੇਮ ਸੰਨੇ ਵੇਚ ਕੇ ਖਾ ਗਏ, ਕੌਣ ਆਪਣੇ ਸ਼ਰੀਕ ਭਰਾ ਹੀ, ਸ਼ਰੀਕ ਭਰਾ ਨਾ ਉਹਨਾਂ ਨੇ ਕੰਮ ਆਈ, ਨਾ ਸਾਡੇ ਕੰਮ ਆਈ, ਨਾ ਤੇ ਨਾ ਜ਼ਮੀਨਾਂ ਪੈ ਗਈਆਂ ਤੇਰੇ ਨੇੜੇ ਵਰਗੇ, ਨਾ ਤੇ ਨਾ ਜ਼ਮੀਨ ਪਾਈ, ਸਾਡੀ ਫੁੱਫੀ ਦਾ ਪੁੱਤ ਕਹਿੰਦਾ ਫਲਾਣੀ ਤਰ੍ਹਾਂ ਪੈਲੀ ਪਈ ਆ, ਜਾਓ ਪੁੱਛੀਏ ਇੱਦਾਂ ਕੌਣ, ਫਿਰ ਪੁੱਛਾਂ ਦੱਸ, ਮੈਂ ਕਿਹਾ ਹੁਣ ਤਗੜੇ ਬੰਦੇ ਜਿਹੜੇ ਲੈਣ ਦਾ ਉਹ ਗੋਲੀ ਮਾਰ ਦੇਣਗੇ, ਗੋਲੀ ਮਾਰਦੇ ਬੰਦੇ ਅਗਰ ਜਥਾ ਬਣਾ ਕੇ ਬੈਠੇ ਹੋਣਗੇ, ਪਹਿਲਾਂ ਹੀ ਪਹਿਲੀਆਂ ਪਈਆਂ ਖਣ ਪਤਾ ਲੱਗਾ, ਮੈਂ ਕਿਹਾ ਹੁਣ ਨਹੀਂ ਮੁਕਾਬਲੇ ਨਹੀਂ ਹੁੰਦੇ, ਮੁਕਾਬਲੇ ਨਹੀਂ ਹੁੰਦੇ,
ठीक है अच्छा कोई गल नहीं रब ने बथेरा देता ते ए आ भी हुण थोड़ी जिहड़ी अंदर दी तलब है ना उत्थे जाण दी रब ओ पूरी करे तुसी अपने दादे परदादे दा दरबार मजार भी देखो मेला भी देखो लंगर भी पकाओ दिल करदा देखिए जिथे थां ढेरी है फातिहा पढ़िए दुआ मांग रही है अल्लाह ताला जरूर ढो लाएगा जरूर ढो लाऊगा नाले जम्मण पौ है जी जम्मण पौ कहिंदे नहीं भुलदी किसे नूं बड़ी सोहनी महफल होई जी तुहाडे नाल अचानक मुलाकात हो गई ते असीं टाउन कमेटी च बह गए आके म्यूनसिपल कमेटी चौधरी अबरार नंबरदार ओ सानू असीं उहनां नूं फिर कहा भी असीं भी बहना किते अलहदा गोशे च फिर उहनां ने दफ्तर च सानू चेयरमैन साहब का दफ्तर है जी मेरा ख्याल जां किसे वाइस चेयरमैन साहब का दफ्तर है मियां जवेद असगर की तख्ती लगी है जी इत्थे जलंधर न्याजी जवाक दुकान दुकान डॉक्टर न्याजी डेली पी थी ना अच्छा मुंडिया वट पा लें अच्छा वक्त सी हुण देख लो भी लखां करोड़ां दियां जमीना हो गईयां कोई गल नहीं ए सब इत्थे रह जाणा ए बड़ी सोहणी मुलाकात होई जी तुहाडे नाल अल्लाह ताला तुहानू कायम दायम रखे ते ए संगतां इदां ही जींदियां जींदियां उठा दी लार आ गई उठा दी लार हां पाला होवे बड़ा हां टकरा हो गया बाबे नाल अच्छा बाबा जी पाले मर गया अच्छा रोड कठे कर ले बाबे होरां ने ऊठां आलियां नूं पाला बड़ा मारी फूक अग बल गई अग रोड़ां दी अग बल गई ठेकर पै क्या बात फिर ठेकी चुकी फिर आ गया अंगूठा नूं आया जी गड्ढो आया जी हां हां मैं हाथ हाथ मारिया हां अग छकाई वाह 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 बे ओ बकत सी अशे बना ਅਸੀਂ ਤੇ ਗੁਨਾਗਾਰ ਬੰਦੇ ਹਾਂ ਬਈ ਅਸੀਂ ਨੇ ਥਾਲੀ ਤੇ ਨਹੀਂ ਕੋਈ ਬਹੁਤ ਮਹਿਲ ਆ ਅੰਦਰ ਬਹੁਤ ਮਹਿਲ ਸਭ ਦੇ ਅੱਛਾ ਇਹਦੀ ਵੀ ਤਸਦੀਕ ਕਿਵੇਂ ਹੁੰਦੀ ਆ ਗਾ ਪਹਿਲਾ ਪਹਿਲਾ ਪਤਾ ਲੱਗਦਾ ਕਿਸੇ ਗੱਲ ਦਾ ਹਾਂ ਬਾਹਰ ਜਾ ਗੁਜਰਾਂ ਵਾਲਾ ਹਾਂ ਉੱਥੇ ਅੱਗੇ ਰਾਜ ਬੈਠੇ ਅੱਗੇ ਗੁਜਰ ਬੈਠੇ ਅੱਛਾ ਅੱਛਾ ਸਾਡਾ ਫੁੱਫੜ ਜਿਹਾ ਸੀ ਉਹ ਨੰਬਰਦਾਰ ਸੀ ਅੱਛਾ ਸਾਡਾ ਦਾਦਾ ਤੇ ਚਾਚਾ ਮੇਰਾ ਛੋਟਾ ਛੋਟਾ ਸਾਡੀ ਉਮਰ ਸਾਡੇ ਮੈਨੂੰ ਚਾਚਾ ਵੱਡਾ ਅੱਛਾ ਛੋਟਾ ਛੋਟਾ ਹਾਂ ਹਾਂ ਉਹ ਜੋ ਮੈਂ ਨਾ ਤੁਰੇ ਜਾਣ ਹੁੱਕਾ ਹੁੱਕਾ ਚ ਬਈ ਹੁੱਕਾ ਪੀਂਦਾ ਗੁਜਰਾਂ ਹੁੱਕਾ ਪੀਂਦੇ ਸੀ ਨਾ ਹਾਂ ਗੁਜਰਾਂ ਜਿਹੜਾ ਹੋਵੇ ਇਸ ਤਰ੍ਹਾਂ ਕੁਆਲੀ ਹੋਣ ਦੀ ਅੱਛਾ ਮਾਰੋ ਮਾਰ ਕੁਆਲੀ ਅੱਛਾ ਤੇ ਗੁਜਰ ਕੁਆਲੀਆਂ ਬੜੀਆਂ ਕਰਾਉਂਦੇ ਆ ਉੱਥੇ ਬੈਠੇ ਸੀ ਨਾ ਜਿਹੜਾ ਕੁਆਲੀ ਸੁਣ ਵਾਲੇ ਕੋਈ ਬੈਠੇ ਪੀਰ ਉਹਨਾਂ ਦੇ ਪੀਰ ਮੁਰਸੇ ਬੈਠੇ ਸੀ ਨਾ ਹਾਂ ਹਾਂ ਉਹ ਜਿਹੜਾ ਪੀਰ ਸੀ ਨਾ ਵੱਡਾ ਉਹਨਾਂ ਦਾ ਹਾਂ ਉਹ ਸਾਡੇ ਦਾਦੇ ਨੂੰ ਦੇਖਿਆ ਨਾ ਹਾਂ ਪੱਜ ਵਗਿਆ ਪੱਜ ਵਗਿਆ ਅੱਛਾ ਉਸਕੇ ਪੱਜ ਵਗਿਆ ਅੱਛਾ ਉਹ ਵੇਖਦੇ ਕਿਤੇ ਪਜਾ ਜਾਂਦਾ ਅੱਛਾ ਅੱਛਾ ਉਹ ਸਾਡੀ ਬਾਬੇ ਉਹ ਬਾਗੇ ਨਾ ਜਾ ਕੇ ਅੱਖ ਲੇ ਹੋ ਗਏ ਨਾ ਪੈਰਾਂ ਨੂੰ ਹੱਥ ਗੋਡਿਆਂ ਨੂੰ ਲਾਉਣ ਲੱਗ ਪਿਆ ਉਹ ਜਾਣਦਾ ਜਾਣਦਾ ਹੋਣਾ ਨਾ ਬਾਬੇ ਰੋਟੀ ਖਾਦਾ ਪੋਤਾ ਪੋਤਾ ਅੱਛਾ ਪਿਆ ਕਿਆ ਬਾਤ ਇਹ ਕਿੱਧਰ ਆ ਗਿਆ ਵਾਹ ਵਾਹ ਅੱਜ ਕਿੱਥੇ ਵੀ ਮੁਲਾਕਾਤ ਜਿਹੜੇ ਮੰਨਣ ਵਾਲੇ ਆ ਨਾ ਜੀ ਅੱਛਾ ਉਹ ਫਿਰ ਉਹ ਆ ਗਿਆ ਉਹ ਕਹਿੰਦੇ ਨਹੀਂ ਏਡਾ ਹੱਥ ਥੱਲੇ ਨਹੀਂ ਹੱਥ ਲਾਈਦਾ ਦਸਤ ਪੰਜਾ ਲੈ ਹਾਂ ਹਾਂ ਦਸਤ ਪੰਜਾ ਲਈਦਾ ਹਾਂ ਹਾਂ ਉਹ ਲਿਆ ਜੀ ਲਿਆ ਕੇ ਨਾ ਹਾਂ ਅੱਗੇ ਪਾ ਲਿਆ ਅੱਛਾ 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 ਆਪਣੇ ਮਰੀਦਾਂ ਦੇ ਸਾਹਮਣੇ ਉਹ ਗੁੱਜੇ ਪੁੱਛਣਾ ਕਿ ਵੀ ਇਹ ਕਿੱਦਾਂ ਹਾਂ ਹਾਂ ਇਹ ਕਿ ਬਾਬੇ ਰੋਡੇ ਸ਼ਾਲਾ ਪੋਤਰਾ ਹੈ ਪੋਤਰਾ ਫਿਰ ਉਹਨੇ ਕਦਰ ਕੀਤੀ ਨਾ ਜਿਹਨਾਂ ਨੂੰ ਪਤਾ ਹੈ ਉਦੋਂ ਜੋ ਸਾਡੇ ਦਾਦੇ ਨੇ ਉਹ ਬੜਾ ਮੰਨਣ ਅੱਛਾ ਹਾਂ ਬੇਨ ਤੁਸੀਂ ਨਾਲ ਸਕੇ ਉਦੋਂ ਨਹੀਂ ਨਹੀਂ ਸਾਡਾ ਚਾਚਾ ਸੀ ਨਾ ਚਾਚਾ ਨਾਲ ਅੱਛਾ ਸਾਹੀਵਾਲ ਸੀ ਨਾ ਤੁਸੀਂ ਸਾਹੀਵਾਲ ਆ ਗਏ ਸੀ ਨਾ ਹਾਂ ਹਾਂ ਤੇ ਤੁਹਾਡੀਆਂ ਅੱਖਾਂ ਹਾਂ ਅੱਖਾਂ ਚ ਚਮਕ ਆ ਗਈ ਆਪਣੇ ਦਾਦੇ ਦੀ ਗੱਲ ਕਰਦੇ ਆ ਤੇ ਪਰਦਾਦੇ ਦੀ ਹੈ ਨਾਲ ਹੰਝੂ ਵੀ ਚਮਕਦੇ ਆ
ਖੁਸ਼ੀ ਦੇ ਆ, ਖੁਸ਼ੀ ਦੇ ਹੰਝੂ ਹੈ ਦਾਦੇ ਦੀ ਪੜਦਾਦਿਆ ਬਾਬਾ ਰੋਡੇ ਸ਼ਾਹ ਉਹਦੀ ਕਬਰ ਦੀ ਗੱਲ ਕੀਤੀ ਚਾਚੇ ਕੋ ਜਾ ਬਾਬਾ ਛੋਟੇ ਕੋ ਸਾਡੇ ਗੱਲ ਬਾਤ ਹੋਈ ਯਾਰ ਚਾਚਾ ਗੱਲ ਇਹ ਆ ਉਹ ਪਤਾ ਨੀ ਕਿਹੜੀ ਥਾਂ ਚਾ ਹੁਣ ਜਾਈਏ ਵੀ ਕਹਿੰਦੇ ਕਿਤੇ ਮਾਰ ਹੀ ਨਾ ਦੇਣ ਨਹੀਂ ਨਹੀਂ ਦੁਨੀਆਂ ਜਾਂਦੇ ਜੁੰਦੇ ਹੈਗੇ ਜਿਹੜੇ ਆ ਨਾ ਓਦਾਂ ਵੀ ਕੋਈ ਨੀ ਕੁਛ ਕਹਿੰਦਾ ਮੈਂ ਦੋ ਵਾਰੀ ਜਾ ਕੇ ਆਇਆ ਮੈਂ ਮੋਗੇ ਵੀ ਗਿਆ ਹਾਂ ਮੋਗੇ ਦੇ ਨਾਲ ਪਿੰਡ ਸੀ ਢੁੱਡੀ ਕੇ ਪਿੰਡ ਮੈਂ ਉੱਥੇ ਰਿਹਾ ਦੋ ਤਿੰਨ ਦਿਨ ਦੂਜੀ ਗੱਲ ਇਹ ਆ ਵੀ ਜਿਹੜੇ ਹੈ ਨਾ ਸਾਂਝੇ ਸੂਫੀ ਸੰਤ ਫਕੀਰ ਮਛਰਾ ਦਾਸ ਉਹਨਾਂ ਨੂੰ ਉਹ ਕੁਛ ਨੀ ਉਹਨਾਂ ਦਾ ਤਾਂ ਬੜਾ ਕਰਦੇ ਆ ਉਹ ਦੇਖਿਆ ਹਿੰਦੂਆਂ ਨੇ ਕਿਹਾ ਮੁੰਡਿਆਂ ਨੇ ਅਸੀਂ ਜਾ ਕੇ ਲੰਗਰ ਵਰਤਾਉਣਾ ਫੇਰ ਉਹ ਤੁਸੀਂ ਜਾਓ ਤੇ ਤੁਹਾਨੂੰ ਕੀ ਕਿੱਦਾਂ ਉਹ ਵੈਲਕਮ ਕਰਨਗੇ ਉਹ ਤਾਂ ਉਹ ਮਛਾ ਦਾ ਡਾਕਟਰ ਮਛਾ ਦਾ ਡਾਕਟਰ ਸੀਗਾ ਸਾਡੀ ਦਾਦੀ ਗੱਲ ਕਰੀ ਮਛਾ ਦਾ ਡਾਕਟਰ ਸੀ ਮੋਗੇ ਡਾਕਟਰ ਮਛਾ ਦਾਸ ਮਸਲਾ ਦਾਸ ਉਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਠੀਕ ਆ ਬਾਅਦ ਚ ਵੀ ਆਉਣਾ ਜਾਣਾ ਤੇ ਹੁਣ ਵੀ ਹੋਣਾ ਚਾਹੀਦਾ ਉਹਦੀ ਗੱਲ ਸਾਡੇ ਪਿੰਡ ਦਾ ਬੰਦਾ ਹੈਗਾ ਉਹਦੀ 110-115 ਦੀ ਉਮਰ ਹੋ ਗਈ ਆ ਉਹ ਬੰਦਾ ਠੀਕ ਠਾਕ ਹੈ ਉਹ ਤੁਹਾਡੇ ਕੋਲ ਉਸੇ ਪਿੰਡ ਦਾ ਜਾਂ ਹੋਰ ਪਿੰਡ ਦਾ ਨਹੀਂ ਉਹਦੇ ਸ਼ੇਖੂਪੁਰ ਦਾ ਬੰਦਾ ਸ਼ੇਖੂਪੁਰੀਏ ਉਹਨੇ ਗੱਲ ਕੀਤੀ ਸੀਗੀ ਐਸੇ ਨਾਲ ਦਾ ਬੰਦਾ ਆ ਸੀਗਾ ਮੈਂ ਕਿਹਾ ਉਹ ਬੰਦਾ ਮੋਗੇ ਦਾ ਸੀ ਡਾਕਟਰ ਮਸਲਾ ਦਾਸ ਹਾਂ ਉਹ ਮੋਗੇ ਦਾ ਸੀ ਅੱਖਾਂ ਦਾ ਡਾਕਟਰ ਸੀ ਆਹੋ ਉਹ ਮੋਗੇ ਦਾ ਡਾਕਟਰ ਸੀ ਸਾਡੀ ਦਾਦੀ ਦੇ ਉੱਥੇ ਪੇਕੇ ਮੋਗੇ ਆਹੋ ਤੇ ਸਾਡੇ ਵਾਲਦੇ ਨਾਨਕੇ ਹੋਈ ਇਹ ਸ਼ਹਿਰ ਸੀ ਜਾਂ ਪਿੰਡ ਕਿਸੇ ਚ ਮੋਗਾ ਸ਼ਹਿਰ ਸ਼ਹਿਰ ਚ ਸੀਗੇ ਤੁਹਾਡੇ ਆਪਣੇ ਨਾਨਕੇ ਕਿੱਥੇ ਸੀ ਬਾਕਰ ਵਾਲਾ ਤੇ ਜਿਹੜੇ ਤੁਹਾਡੇ ਅੱਬੇ ਦੇ ਨਾਨਕੇ ਸੀ ਉਹ ਸ਼ਹਿਰ ਤੁਸੀਂ ਮਹੱਲੇ ਦਾ ਪਤਾ ਕਿਹੜੇ ਮਹੱਲੇ ਸੀ ਇਹ ਮਹੱਲੇ ਦਾ ਨਹੀਂ ਪਤਾ ਸ਼ਹਿਰ ਵਿੱਚ ਰਹਿੰਦੇ ਕਿਤੇ ਤੁਸੀਂ ਨਾਲ ਗਏ ਕਦੀ ਉਹਨਾਂ ਦੇ ਨਹੀਂ ਨਾਲ ਨਹੀਂ ਮੋਗਾ ਦੇਖਿਆ ਨੀ ਨਹੀਂ ਨਹੀਂ ਦੇਖਿਆ ਨੀ ਗਾ ਨੂਰਪੁਰਾ ਦੇਖਿਆ ਅੱਛਾ ਹੋਰ ਪਿੰਡ ਕਿਹੜੇ ਜੀਰਾ ਦੇਖਿਆ ਜੀਰਾ ਵੀ ਦੇਖਿਆ ਮੌਜਗੜ ਦੇਖਿਆ ਬਾਕਰ ਵਾਲਾ ਦੇਖਿਆ ਅੱਛਾ ਤੇ ਆ ਲਾਗੇ ਲਾਗੇ ਪਿੰਡ ਸੀ ਨਾ ਹਾਂ ਦੇਖੇ ਲਓ ਜੀ ਹੁਣ ਸਾਡੀ ਤਾਂ ਦੁਆ ਹੈ ਵੀ ਰੱਬ ਤੁਹਾਨੂੰ ਨਾ ਇੱਕ ਦਰਸ਼ਨ ਕਰਾ ਦੇ ਆਪਣੇ ਪੜਦਾਦੇ ਦੇ ਉਹ ਗੱਲ ਹੁਣ ਬੁੱਢੇ ਹੋ ਗਏ ਆ ਕੋਈ ਗੱਲ ਗੱਡੀ ਦੀ ਸੀਟੀ ਵੱਜਣੀ ਕੋਈ ਪਤਾ ਨੀ ਉਹ ਦੰਦ ਸੀਗੇ ਬਣਵਾਏ ਸੀ ਡਾਕਟਰ ਕੋ ਅੱਛਾ ਇੱਕ ਦਾੜ ਸੀ ਉੱਤੇ ਸੀਗੀ ਇੱਕ ਦਾੜ ਥੱਲੇ ਸੀ ਉਹਨੇ ਬਣਾ ਕੇ ਨਾ ਦਾੜਾਂ ਨਾਲ ਹੀ ਨਾ ਕੈਚ ਕਰਾਤਾ ਜਿਵੇਂ ਕਿੱਲੇ ਨਾਲ ਡੰਗਰ ਨੀ ਬੰਨ ਦਈਦਾ ਕਿੱਲੇ ਨਾ ਉਹ ਮੈਂ ਕਿਹਾ ਇੱਧਰ ਚਸ ਨਹੀਂ ਉਹ ਮੈਂ ਦਾੜਾਂ ਕਢਾਈਆਂ ਕਢਾ ਕੇ ਹੁਣ ਬੁੱਟ ਬੁੱਟ ਸਹੀ ਹੋਏ ਹੁਣ ਮੈਂ ਆਈ ਮੈਂ ਕਿਹਾ ਇਹਨੂੰ ਸਹੀ ਕਰ ਉਹ ਕਹਿ ਚਾਚਾ ਹੁਣ ਦੋ ਚਾਰ ਦਿਨ ਠਹਿਰ ਜਾ ਫਿਰ ਆਵੀ ਤੁਸੀਂ ਸਾਰੇ ਜਾਣੇ ਪਟਾ ਕੇ ਨਾ ਮੈਂ ਫਿਰ ਦੁਬਾਰਾ ਸੈੱਟ ਕਰਾਂਗਾ ਚਲੋ ਉਹ ਵੀ ਕਰਦੇ ਗੱਲ ਮੈਂ ਵੀ ਤੁਹਾਨੂੰ ਦੱਸਦਾ ਆਪਣੀ ਅੱਜ ਦੀ ਮਹਿਫਲ ਬੜੀ ਕਾਮਯਾਬ ਰਹੀ ਆ ਸੋਹਣੀ ਰਹੀ ਤੇ ਅਸੀਂ ਹੁਣ ਤੁਹਾਡੇ ਇਨਸ਼ਾਅੱਲਾ ਤਾਲਾ ਤੁਹਾਡੇ ਪੜਦਾਦੇ ਦੇ ਜਿਹੜੇ ਆ ਨਾ ਦਾਦੇ ਦੇ ਦਾਦਾ ਜੀ ਬਾਬਾ ਰੋਡੇ ਸ਼ਾਹ ਉਹਨਾਂ ਨੂੰ ਲੱਭਣਾ ਤੇ ਇਸ ਦੁਆ ਨਾਲ ਵੀ ਅੱਲਾਹ ਤਾਲਾ ਉਹਦਾ ਲੜਕਾ ਜਿਹੜਾ ਉਹਦਾ ਨਾਂ ਸੀ ਮੁਹੰਮਦ ਬਖਸ਼ ਬੜੀ ਮੇਰੀ ਦਿਲੀ ਖਵਾਹਿਸ਼ ਹੈ ਇਜਾਜ਼ਤ ਆ ਜੀ ਹੁਣ ਫੇਰ ਆਪਾਂ ਹੁਣ ਆਪਣੇ ਮੰਜ਼ਲਾਂ ਤੇ ਚੱਲੀਏ ਹੈ ਰੱਬ ਰਾਖਾ ਜੀ ਰੱਬ ਟਾਈਮ ਦਾ ਬਸ ਇਹ ਕਰਨੀਆਂ ਸੀ ਅਸੀਂ ਦੇਸ਼ ਦੀਆਂ ਗੱਲਾਂ ਕਰਨੀਆਂ ਤੁਹਾਡੇ ਵਤਨ ਦੀਆਂ
ਅਸੀਂ ਕਿਹਾ ਉਹ ਸਾਂਭ ਲਈਏ ਅੱਲਾ ਖੈਰ ਰੱਖੇ ਸਲਾਮ ਦੇਣਾ ਕਪੂਰ ਸਾਹਿਬ ਨੂੰ ਜੀ ਮੇਰਾ ਆਪਣਾ ਕੀ ਨਾਂ ਮੇਰਾ ਨਾਂ ਤਾਰਕ ਹੈ ਜੀ ਤਾਰਕ ਹਾਂ ਤਾਰਕ ਪਿੰਡ ਕਿਹੜਾ 304 ਟੀ ਡੀ ਏ 304 ਤੋਂ ਮੁਲਤਾਨ ਵਾਲੀ ਸੜਕ ਤੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਬੜੀ ਸੋਹਣੀ ਮਹਿਫਲ ਹੋਈ ਮਕਾਨ ਲੱਗਾ ਪਾਉਣ ਉਹ ਮੁੰਡੇ ਦੇ ਅੱਛਾ ਛੋਟਾ ਮੁੰਡਾ ਉਹ ਬੰਦੇ ਨੂੰ ਅੱਛਾ ਹੁਣ ਸਾਜੂ ਕਰਨੀ ਗੱਲਾਂ ਕੁੱਠ ਕਠਵਾ ਅੱਜ ਨੀਆਂ ਨੂੰ ਇਹ ਹੁਣ ਤੁਹਾਡੀਆਂ ਸਾਰੀਆਂ ਗੱਲਾਂ ਨਾ ਜੀ ਅਸੀਂ ਉਹ ਗਫੂਰ ਸਾਹਿਬ ਤੱਕ ਵੀ ਪਹੁੰਚ ਜਾਣੀਆਂ ਤੁਹਾਡੇ ਪਿੰਡ ਪਹੁੰਚ ਜਾਣੀਆਂ ਤੁਹਾਡੇ ਦੇਸ਼ ਵਾਲੇ ਪਿੰਡ ਪਹੁੰਚ ਜਾਣੀਆਂ ਜਿੱਥੋਂ ਤੁਸੀਂ ਉਜੜੇ ਜਿੱਥੇ ਦਾਦੇ ਦਾ ਮਜ਼ਾਰ ਅੱਲਾ ਖੈਰ ਕੇ ਉੱਥੇ ਪਹੁੰਚ ਜਾਣੀਆਂ ਤੇ ਜਿਹੜੇ ਬਾਹਰ ਆ ਤੁਹਾਡੇ ਪੋਤੇ ਮੁੰਡੇ ਉਹਨਾਂ ਨੂੰ ਵੀ ਪਹੁੰਚ ਜਾਣੀਆਂ ਉੱਥੇ ਦੇਖ ਸਕਦੇ ਹੋ ਹਾਂਜੀ ਅੱਲਾ ਖੈਰ ਰੱਬ ਰਾਖਾ ਜਿਹਦੇ ਵਾਸਤੇ ਰਹੋ ਕਾਇਮ ਦਾਇਮ ਰਹੋ।